ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਆਪਾਂ ਲੜੀਵਾਰ ਚਰਚਾ ਕਰ ਰਹੇ ਹਾਂ ਇੰਟੈਲੀਜੈਂਟ ਅਸਿਸਟੈਂਟ ਕੌਨਸਟੇਬਲ ਦੇ ਪ੍ਰਾਣੇ ਕੋਸ਼ਨਾਂ ਤੇ ਇਸ ਤੋਂ ਪਹਿਲਾਂ ਆਪਾਂ ਦੋ ਪਾਰਟ ਬਣਾ ਚੁੱਕੇ ਹਾਂ ਤੇ ਉਹ ਜੇਕਰ ਤੁਸੀਂ ਨਹੀਂ ਦੇਖੇ ਤਾਂ ਉਹਨਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਹ ਕੁਝ ਰਹਿੰਦੇ ਕੋਸ਼ਨ ਨਹੀਂ ਸੀ ਕਿਉਂਕਿ ਆਪਾਂ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਸੀ ਚੈਪਟਰ ਵਾਈਜ਼ ਕੁਐਸਚਨਾਂ ਨੂੰ ਤੋੜਿਆ ਹੋਇਆ ਸੀ ਟੌਪਿਕ ਵਾਈਜ਼ ਫਰਦਰ ਚੈਪਟਰ ਵਾਈਜ਼ ਠੀਕ ਹੈ ਸੋ ਉਹਦੇ ਮੈਂ ਹਜੇ ਥੋੜੀਆਂ ਵੀਡੀਓ ਹੀ ਅਪਲੋਡ ਕੀਤੀਆਂ ਸੀ ਜਿਵੇਂ ਪਹਿਲਾ ਚੈਪਟਰ ਦੂਜਾ ਚੈਪ ਤੀਜਾ ਚੈਪਟਰ ਤੇ ਅੱਠਵਾਂ ਚੈਪਟਰ ਤੇ ਜਿਹੜੇ ਇਹਦੇ ਤੋਂ ਬਿਨਾ ਜਿਹੜੇ ਕੌਨਸਟੇਬਲ ਦੇ ਪੁਰਾਣੇ ਕੁਐਸਚਨ ਰਹੇਗੇ ਹਨਾ ਉਹ ਉਹਨਾਂ ਚੈਪਟਰਸ ਦੇ ਵਿੱਚ ਨੇ ਤੁਸੀਂ ਉਹ ਵੀਡੀਓ ਆਲਰੇਡੀ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਹੁਣ ਮੈਂ ਰਿਪੀਟ ਤਾਂ ਨਹੀਂ ਕਰਾਉਂਗਾ ਕਿਉਂਕਿ ਉਹ ਕੋਈ ਤਕ ਵੀ ਨਹੀਂ ਬਣਦੀ ਰਿਪੀਟ ਕਰਾਉਣ ਦੀ ਹੈ ਨਾ ਤੁਸੀਂ ਉਹਨਾਂ 'ਚ ਹੀ ਜਾ ਕੇ ਦੇਖ ਲਿਓ ਬਟ ਇਹ ਹੈ ਕਿ ਉਹਨਾਂ ਦੇ ਵਿੱਚ ਹੋਰ ਕੁਐਸਚਨ ਵੀ ਹੈ ਜਿਵੇਂ ਜੇਲ ਬਾਰਡਨ ਦਾ ਪਟਵਾਰੀ ਦਾ ਉਹ ਵੀ ਤੁਹਾਨੂੰ ਲੱਗਿਆ ਵੀ ਕਰਨੇ ਚਾਹੀਦੇ ਤਾਂ ਕਰ ਲਿਓ ਅਦਰਵਾਈਜ਼ ਤੁਸੀਂ ਛੱਡ ਸਕਦੇ ਹੋ ਬਟ ਅੱਠਵਾਂ ਚੈਪਟਰ ਬਹੁਤ ਇੰਪੋਰਟੈਂਟ ਹੈ ਮੈਂ ਬਾਰੀ-ਬ ਜਿਹਦੇ ਵਿੱਚ ਵਰਡ ਐਕਸਲ ਪਾਵਰਪੁਆਇੰਟ ਦੇ ਕੁਐਸਚਨ ਆਪਾਂ ਕਰਾਏ ਹੋਏ ਨੇ ਉਹ ਤੁਸੀਂ ਚੰਗੀ ਤਰ੍ਹਾਂ ਦੇਖਿਓ। ਉਹਦੇ ਜਿਹੇ ਕੁਐਸਚਨ ਆ ਰਹੇ ਨੇ ਜਿਹੜੇ ਸਾਰੇ ਹੁਣ ਪੇਪਰਾਂ 'ਚ ਆ ਰਹੇ ਨੇ ਜਿਵੇਂ ਅੰਗੜਵਾੜੀ ਦਾ ਪੇਪਰ ਹੋਇਆ ਸੀ ਸੁਪਰਵਾਈਜ਼ਰ ਦਾ ਨਾ ਉਹਦੇ ਵਿੱਚ ਵੀ ਉਹੀ ਕੁਐਸਚਨ ਆਏ ਸੀ। ਸੋ ਘੁਮ-ਘਮਾ ਕੇ ਗੱਲਾਂ ਤਾਂ ਉਹੀ ਬਣਦੀਆਂ ਨੇ ਇੰਪੋਰਟੈਂਟ ਜਿਆ ਨੇ ਜਿਹੜੀਆਂ ਠੀਕ ਹੈ। ਸੋ ਉਹ ਜ਼ਰੂਰ ਦੇਖਿਓ। ਇਹਦੇ ਤੋਂ ਬਿਨਾ ਆਪਾਂ ਐਕਸਪੈਕਟਿਡ ਕੁਐਸਚਨਾਂ ਦੀਆਂ ਦੋ ਵੀਡੀਓ ਪਾ ਚੁੱਕੇ ਹਾਂ। ਇੱਕ ਅੱਧੀ ਹੋਰ ਬਣਾਵਾਂਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ। ਤੇ ਜੇਕਰ ਤੁਹਾਨੂੰ ਨੋਟਸ ਚਾ ਜਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਤੁਸੀਂ ਮੈਨੂੰ ਮੈਸੇਜ ਕਰੋ ਨੋਟਸ ਫ੍ਰੀ ਆਫ ਕਾਸਟ ਹੈ ਕੋਈ ਚਾਰਜਸ ਨਹੀਂ ਤੁਹਾਡੇ ਲਈ ਨੋਟਸ ਬਣਾਏ ਨੇ ਤਾਂ ਤੁਸੀਂ ਪੜੋ ਤੇ ਪੇਪਰ ਦਿਓ ਠੀਕ ਹੈ ਹਾਂ ਇਹਨਾਂ ਜ਼ਰੂਰ ਕਹੂੰਗਾ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਹਨਾ ਕਿਉਂਕਿ ਮੈਨੂੰ ਉਹੀ ਚੀਜ਼ਾਂ ਮੋਟੀਵੇਟ ਕਰਦੀਆਂ ਨੇ ਉਹਨਾਂ ਚੀਜ਼ਾਂ ਤੋਂ ਮੈਨੂੰ એનર્ਜੀ ਮਿਲਦੀ ਹੈ ਜੇਕਰ ਤੁਹਾਨੂੰ ਵਧੀਆ ਸਮਝ ਆ ਰਹੀ ਹੈ ਤਾਂ ਉਹਨਾਂ ਚੀਜ਼ਾਂ ਕਰਕੇ ਹੋਰ ਮਨ ਕਰਦਾ ਵੀ ਯਾਰ ਹੋਰ ਵੀਡੀਓ ਬਣਾਈਏ ਹਨਾ ਸੋ એનર્ਜੀ ਦਾ ਸੋਰਸ ਹੈ ਇੱਕ ਜਿਆਦਾ ਤੋਂ ਜਿਆਦਾ ਆਪਾਂ ਮਤਲਬ ਕਿ ਸਟੂਡੈਂਟਸ ਜਿਆਦਾ ਦੇਖਣ ਉਹ ਵੀ ਇੱਕ એનર્ਜੀ ਸੋਰਸ ਹੁੰਦਾ ਹੈ ਹਨਾ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਨਾ ਤਾਂ ਕਰਕੇ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਲੱਗਦਾ ਰਹੇ ਹੈਨਾ ਤੇ ਬਾਕੀ ਤੁਹਾਡੇ ਲਿੰਕ ਦੇ ਵਿੱਚ ਤੁਸੀਂ ਸਟੇਟਸ ਲਗਾ ਕੇ ਜਾਂ ਜਿਵੇਂ ਵੀ ਤੁਹਾਨੂੰ ਲੱਗਦਾ ਵੀ ਸ਼ੇਅਰ ਕਰ ਸਕਦੇ ਹੋ ਠੀਕ ਹੈ ਇੰਨਾ ਮੇਰੇ ਲਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਠੀਕ ਹੈ ਹਾਂ ਚਲੋ ਆਪਾਂ ਸਟਾਰਟ ਕਰਦੇ ਹਾਂ ਇਹ ਮੇਰਾ ਪ੍ਰੋਫਾਈਲ ਹੈ ਤੁਹਾਨੂੰ ਮੈਂ ਦੱਸ ਚੁੱਕਿਆ ਬਹੁਤ ਵਾਰੀ ਹੈ ਹਨਾ ਚਲੋ ਸਟਾਰਟ ਕਰਦੇ ਹਾਂ ਪਹਿਲਾ ਕੁਸ਼ਣ ਹੈਗਾ ਵਾਟ ਇਜ਼ ਦੀ ਫੁੱਲ ਫਾਰਮ ਆਫ ਸੀ ਆਰ ਟੀ CRT ਹੁੰਦਾ ਬਹੁਤ ਵਾਰੀ ਦੱਸ ਚੁੱਕੇ ਆਪਾਂ ਕੈਥੋਡ ਰੇ ਟਿਊਬ ਕੈਥੋਡ ਰੇ ਟਿਊਬ B ਆਨਸਰ ਹੈ ਕਲੀਅਰ ਹੋਈ ਗੱਲ ਠੀਕ ਹੈ ਅਗਲਾ ਯੂਨਿਕਸ ਹੈਜ਼ ਬੀਨ ਰਿਟਨ ਇਨ ਯੂਨਿਕਸ ਕਿਹੜੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਤਾਂ ਸੀ ਲੈਂਗੁਏਜ ਦੇ ਵਿੱਚ ਠੀਕ ਹੈ ਯੂਨਿਕਸ ኦਪਰੇਟਿੰਗ ਸਿਸਟਮ ਹੈ ਜਿਹੜਾ 1969 ਦੇ ਵਿੱਚ ਬਣਿਆ ਤੇ ਇਹ ਸੀ ਲੈਂਗੁਏਜ ਚ ਲਿਖਿਆ ਕੈਨ தாம்ਸਨ ਨੇ ਐਂਡ ਡੈਨਿਸ ਰਿਚੇ ਨੇ ਸ਼ੁਰੂ ਦੇ ਵਿੱਚ ਇਹ ਅਸੈਂਬਲੀ ਲੈਂਗੁਏਜ ਦੇ ਵਿੱਚ ਲਿਖਿਆ ਸੀ 1969 ਦੇ ਵਿੱਚ ਹਨਾ ਤੇ ਫਿਰ ਪੋਰਟੇਬਿਲਟੀ ਦਾ ਇਸ਼ੂ ਸੀ ਪੋਰਟੇਬਲ ਨਹੀਂ ਕਰ ਸਕਦੇ ਸੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਤਾਂ ਕਰਕੇ ਫਿਰ ਇਹ ਸੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਜਿਹੜੀ ਸੀ ਲੈਂਗੁਏਜ ਹੈ ਇਹ 1972 ਦੇ ਵਿੱਚ ਗਲਤ ਹੋ ਗਿਆ 1979 ਨਹੀਂ 1972 ਹੈ ਬਸ ਦੂਆ ਪਹਿਲਾਂ ਆ ਗਿਆ ਸੀ 1972 ਦੇ ਵਿੱਚ ਕੈਨ ਕੈਨ தாம்ਸਨ ਨਹੀਂ ਸੀਗਾ ਡੈਨਿਸ ਰਿਚੀ ਡੈਨਿਸ ਰਿਚੀ ਨਾਮ ਦੇ ਬੰਦੇ ਨੇ ਸੀ ਲੈਂਗੁਏਜ ਬਣਾਈ ਸੀ 1972 ਦੇ ਵਿੱਚ ਫਿਰ ਦੁਬਾਰਾ 1973 ਦੇ ਵਿੱਚ ઓਪਰੇਟਿੰਗ ਸਿਸਟਮ ਸੀਗਾ ਜਿਹੜਾ ਇਹ ਯੂਨਿਕਸ ਇਹ ਸੀ ਚ ਲਿਖਿਆ ਗਿਆ ਤਾਂ ਕਰਕੇ ਹੁਣ ਸੀ ਚ ਹੀ ਇਹਦਾ ਅਨਸਰ ਹੈ ਠੀਕ ਹੈ ਅਗਲਾ ਵਿੱਚ ਉਹਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਯੂਨਿਕਸ ਸਪਰੇਟਿੰਗ ਸਿਸਟਮ ਯੂਨਿਕਸ ਦੇ ਰਿਗਾਰਡਿੰਗ ਕਹਿੰਦਾ ਕਿਹੜੀ ਸਟੇਟਮੈਂਟ ਕਰੈਕਟ ਹੈ ਇਟ ਇਜ਼ ਅ ਪੋਰਟੇਬਲ ਬਿਲਕੁਲ ਪੋਰਟੇਬਲ ਹੈ ਪਹਿਲਾਂ ਯੂ نو ਇਹ ਅਸੈਂਬਲੀ ਚ ਲਿਖਿਆ ਸੀ ਉਦੋਂ ਪੋਰਟੇਬਲ ਨਹੀਂ ਸੀ ਫਿਰ 1973 ਦੇ ਵਿੱਚ ਸੀ ਲੈਂਗੁਏਜ ਚ ਲਿਖ ਦਿੱਤਾ ਗਿਆ ਤਾਂ ਹੁਣ ਇਹ ਪੋਰਟੇਬਲ ਹੈ ਇਟ ਇਜ਼ ਰਿਟਨ ਇਨ ਅਸੈਂਬਲੀ ਲੈਂਗੁਏਜ ਇਹ ਰੋਂਗ ਹੋ ਗਿਆ ਮੈਂ ਤੈਨੂੰ ਦੱਸ ਹੀ ਤਾ ਰੀਜ਼ਨ ਕਿਉਂ ਹੈ ਤਾਂ ਓਨਲੀ 1 ਡੀ ਆਨਸਰ ਹੈ ਫਿਰ ਇਹਦਾ ਆ ਚੀਜ਼ ਮੈਂ ਆਲਰੇਡੀ ਨੋਟਸਾਂ ਚ ਵੀ ਹੈਗੀ ਆਪਣੇ ਇਹ ਕਿ ਪਹਿਲਾਂ ਅਸੈਂਬਲੀ ਚ ਲਿਖਿਆ ਸੀ ਬਟ ਬਾਅਦ ਦੇ ਵਿੱਚ ਪੋਰਟੇਬਿਲਟੀ ਦਾ ਇਸ਼ੂ ਸੀਗਾ ਰੀਰੋਟ ਕੀਤਾ ਸੀ 1973 ਦੇ ਵਿੱਚ ਕਲੀਅਰ ਹੋ ਗਈ ਗੱਲ ਸੋ ਡੀ ਆਨਸਰ ਹੈ ਓਨਲੀ ਵਨ ਹਾਂ ਇੱਕ ਆ ਚੀਜ਼ ਆਪਾਂ ਵਾਰੀ ਵਾਰੀ ਤੁਹਾਨੂੰ ਮੈਂ ਦੱਸ ਰਿਹਾ ਤੇ ਗੋਲਾ ਲਾਉਣਾ ਹੀ ਲਾਉਣਾ ਹੈ ਕਰੈਕਟ ਹੈ ਇਨਕਰੈਕਟ ਹੈ ਨਾ ਫਾਲਸ ਹੈ ਟਰੂ ਹੈ ਅਗਲਾ ਸਟੋਰੇਜ ਕੈਪੈਸਿਟੀ ਆਫ ਮੈਗਨੇਟਿਕ ਟੇਪ ਇਜ਼ 기ਵਨ ਬਾਈ ਕਹਿੰਦਾ ਮੈਗਨੇਟਿਕ ਟੇਪ ਦੀ ਸਟੋਰੇਜ ਕੈਪੈਸਿਟੀ ਕਿਵੇਂ ਕੱਟਦੇ ਆਪਾਂ ਇਸ ਤੋਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ ਕਿ ਡਿਸਕ ਦੀ ਕੈਪੈਸਿਟੀ ਬਾਰੇ ਹਨਾ ਸੀ ਡੀ ਡੀਵੀਡੀ ਦੀ ਕੈਪੈਸਿਟੀ ਤੇ ਹਾਰਡ ਡਿਸਕ ਦੀ ਤਾਂ ਮੈਗਨੇਟਿਕ ਟੇਪ ਦਾ ਵੀ ਇੱਕ ਲਗ ਤੋਂ ਫਾਰਮੂਲਾ ਹੁੰਦਾ ਹੈ ਹਨਾ ਚਲੋ ਆਪਾਂ ਦੇਖਦੇ ਆਂ ਪਹਿਲਾਂ ਇਹ ਆਪਣੇ ਕੋਲੇ ਟੇਪ ਹੁੰਦੀ ਹੈ ਟੇਪ ਦੇ ਉਪਰ ਆਹ ਮੈਗਨੇਟਿਕ ਮਟੀਰੀਅਲ ਜਿਆ ਹੁੰਦਾ ਬਹੁਤ ਸਾਰਾ ਇਕੱਠਾ ਹੋ ਜਾਂਦਾ ਜਦੋਂ ਗਾਣਾ ਚਲਾਉਣਿਆ ਦੂਜੇ ਪਾਸੇ ਇਕੱਠਾ ਹੋ ਜਾਂਦਾ ਫਿਰ ਦੂਜੇ ਪਾਸੇ ਇਕੱਠਾ ਹੋ ਜਾਂਦਾ ਕਲੀਅਰ ਹੋਈ ਗੱਲ ਇਹਨੂੰ ਬੁਸ਼ ਜਾਨੀ ਕਹਿੰਦੇ ਹੁੰਦੇ ਸੀ ਆਪਾਂ ਕਈ ਵਾਰ ਰੇਤ ਰੁੱਤ ਲੱਗ ਜਾਂਦੇ ਨੇ ਸਾਫ਼ ਕਰ ਦਿੰਦੇ ਸੀ ਥ ਕੂਕਦੀ ਮਾਰ ਕੇ ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਹਨ ਤੇ ਇਹਦੇ ਵਿੱਚ ਕੀ ਹੈ ਇਹਦੀ ਇੱਕ ਯੂਨਿਟ ਦੇ ਵਿੱਚ ਮੰਨ ਲਓ ਇੱਕ ਸੈਂਟੀਮੀਟਰ ਲੈ ਲਿਆ ਇੱਕ ਸੈਂਟੀਮੀਟਰ ਦੇ ਵਿੱਚ ਜੇ ਆਪਾਂ ਕਹਤਾ ਵੀ 5 MB ਡਾਟਾ ਸਟੋਰ ਕਰ ਸਕਦੇ ਆ ਸਪੋਜ਼ ਕਰਕੇ ਚੱਲ ਰਹੇ ਆਪਾਂ ਇੱਕ ਸੈਂਟੀਮੀਟਰ ਦੀ ਕੈਪੈਸਿਟੀ ਹੈਗੀ 5 MB ਤੇ ਸਾਰੇ ਦੀ ਜੇ ਅਕਰ ਆਪਾਂ ਨੂੰ ਲੈਂਥ ਪਤਾ ਲੱਗ ਜੇ ਵੀ ਕਿੰਨੀ ਲੰਬੀ ਹੈ ਇਹ ਤਾਂ ਆਪਾਂ ਦੱਸ ਦਿਆਂਗੇ ਦੀ ਕੈਪੈਸਿਟੀ ਕਿੰਨੀ ਹੈ ਡਾਟਾ ਕਿੰਨਾ ਹੋਲਡ ਕਰ ਸਕਦੀ ਹੈ ਹਨ ਤਾਂ ਜੇ ਸਪੋਜ਼ ਕਰੋ ਆਪਾਂ ਨੂੰ ਕਿਸੇ ਨੇ ਕਹਤਾ ਯਾਰ ਇਹ 1000 ਸੈਂਟੀਮੀਟਰ ਦੀ ਹੈ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ 1 ਸੈਂਟੀਮੀਟਰ ਦੇ ਵਿੱਚ 5 MB ਆਉਂਦਾ ਤੇ 1000 ਦੇ ਵਿੱਚ 1000 5 MB ਤਾਂ ਇੰਨੇ MB ਹੋ ਗਿਆ 5000 MB ਹੈ ਨਾ ਸੋ ਇਹ ਹੀ ਹੁੰਦਾ ਇਹਨੂੰ ਰਿਕਾਰਡਿੰਗ ਡੈਂਸਿਟੀ ਬੋਲ ਦਿੰਦੇ ਨੇ ਘਣਤਾ ਜਿਵੇਂ ਤੁਸੀਂ ਜੀਓਗ੍ਰਾਫੀ ਪੜ੍ਹ ਰਹੇ ਹੋਗੇ ਪੰਜਾਬ ਜੀਓਗ੍ਰਾਫੀ ਤੇ ਇੰਡੀਅਨ ਜੀਓਗ੍ਰਾਫੀ ਉੱਥੇ ਤੁਸੀਂ ਡੈਂਸਿਟੀ ਪੜ੍ਹਦੇ ਹੋਵੋਗੇ ਡੈਂਸਿਟੀ ਹੁੰਦੀ ਹੈ ਕਿਸੇ ਖਿੱਤੇ ਦੇ ਵਿੱਚ ਜੇ 1 ਕਿਲੋਮੀਟਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਜਨਸੰਖਿਆ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੀ 55252 ਹੈ ਇੱਕ ਮਿੰਟ ਥੋੜਾ ਜਿਹਾ ਘੜਕਾ ਹੋਣ ਲੱਗਿਆ ਹਾਂ ਤਦ ਜਿਹੜੀ ਉਹ ਡੈਂਸਿਟੀ ਇੱਕ ਯੂਨਿਟ ਦੀ ਕੱਢ ਕੇ ਉਸ ਤੋਂ ਬਾਅਦ ਉਹਨੂੰ ਗੁਣਾ ਕਰ ਦਾਂਗੇ ਟੋਟਲ ਲੈਂਥ ਦੇ ਨਾਲ ਹਾਂ ਹੁਣ ਠੀਕ ਹੈ ਟੋਟਲ ਲੈਂਥ ਦੇ ਨਾਲ ਗੁਣਾ ਕਰ ਦਾਂਗੇ ਉੰਨੀ ਉਹਦੀ ਕੈਪੈਸਿਟੀ ਆ ਜੂ ਤਾਂ ਫਿਰ ਪਲੱਸ ਨਹੀਂ ਆਊਗਾ ਡਿਵੀਜ਼ਨ ਨਹੀਂ ਆਊਗਾ ਤੇ ਮਾਈਨਸ ਨਹੀਂ ਆਊਗਾ ਆਨਸਰ ਤਾਂ ਇਹੀ ਹੈ ਡਾਟਾ ਰਿਕੋਰਡਿੰਗ ਡੈਂਸਿਟੀ ਇਨ ਟੂ ਲੈਂਥ ਕਿੰਨੀ ਹੈ ਡਿਸਕ ਦੀ ਠੀਕ ਹੈ ਕਲੀਅਰ ਹੋਈ ਗੱਲ ਆਨਸਰ ਡੀ ਆ ਫਿਰ ਆਪਣੇ ਕੋਲ ਅਗਲਾ ਕੁਸ਼ਚਨ ਹੈ ਵਿੱਚੋਂ ਦੀ ਫੋਲੋਇੰਗ ਪੇਅਰ ਜਾਂ ਪੇਅਰਸ ਆਫ ਸਕੈਂਡਰੀ ਡਿਵਾਈਸ ਟਾਈਪ ਡਿਵਾਈਸਸ ਆਰ ਕਰੈਕਟ ਇਥੇ ਥੋੜਾ ਜਿਹਾ ਟਾਈਪਿੰਗ ਵਿੱਚ ਸਕੈਂਡਰੀ ਸਟੋਰੇਜ ਟਾਈਪ ਡਿਵਾਈਸ ਸਟੋਰੇਜ ਆਊਗਾ ਸ਼ਾਇਦ ਇਥੇ ਠੀਕ ਹੈ ਸੀਕੁਐਂਸ਼ੀਅਲ ਐਕਸੈਸ ਡਿਵਾਈਸਸ ਮੈਗਨੇਟਿਕ ਟੇਪ ਨੂੰ ਕਹਿੰਦੇ ਆ ਕਹਿੰਦਾ ਡਾਇਰੈਕਟ ਐਕਸੈਸ ਡਿਵਾਈਸ ਕੀ ਜੈਪ ਡਿਸਕ ਕਹਿੰਦਾ ਡਾਇਰੈਕਟ ਐਕਸੈਸ ਹੁੰਦਾ ਤੇ ਮੈਗਨੇਟਿਕ ਟੇਪ ਹੁੰਦਾ ਜਿਹੜਾ ਕੀ ਉਹ ਸੀਕੁਐਂਸ਼ਲੀ ਐਕਸੈਸ ਕਰਦਾ ਹਨ ਸੋ ਜਿਵੇਂ ਆਹ ਟੇਪ ਹੈ ਆਪਣੇ ਕੋਲ ਆ ਕੈਸਟ ਰੀਲਾਂ ਜਿਹਦੇ ਉਪਾਂ ਗਾਣੇ ਸੁਣਦੇ ਸੀ ਆ ਵੀਸੀਆਰ ਦੀ ਕੈਸਟ ਹੁੰਦੀ ਹੈ ਵੀਡੀਓ ਕੈਸਟ ਰੀਕੋਰਡਰ ਦੇ ਵਿੱਚ ਪਲੇ ਹੁੰਦੀ ਹੈ ਇਹ ਵੀਸੀਆਰ ਦੇ ਵਿੱਚ ਹਨ ਇਹ ਆਡੀਓ ਦੀ ਹੁੰਦੀ ਹੈ ਇਹ ਵਾਲੀ ਵੀਡੀਓ ਦੀ ਹੁੰਦੀ ਹੈ ਤਾਂ ਇਹ ਜੇ ਆਪਾਂ ਗੱਲ ਕਰੀਏ ਨਾ ਇਹਨੂੰ ਅਸੀਂ ਕਹਿ ਲੋ ਵੀ ਡਾਇਰੈਕਟ ਐਕਸੈਸ ਨਹੀਂ ਕਰ ਸਕਦੇ ਪਹਿਲੇ ਗਾਣੇ ਤੋਂ ਬਾਅਦ ਦੂਜਾ ਤੀਜਾ ਜਿਵੇਂ ਆਪਾਂ ਇੱਥੇ ਗੱਲ ਕਰ ਲੈਨੇ ਆ ਆ ਆਪਣੇ ਕੋਲੇ ਸਪੂਲ ਕਰੋ Song ਐ ਪਹਿਲਾ Song ਦੂਜਾ ਤੀਜਾ ਚੌਥਾ ਪੰਜਵਾਂ ਪਹਿਲੇ ਤੋਂ ਬਾਅਦ ਦੂਜਾ ਚੱਲੂ ਦੂਜੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਚੌਥਾ ਚੌਥੇ ਤੋਂ ਬਾਅਦ ਪੰਜਵਾਂ ਇਹਨੂੰ ਬੋਲਦੇ ਨੇ ਸੀਰੀਅਲ ਜਾਂ ਸੀਕੁਐਂਸ਼ੀਅਲ ਐਕਸੈਸ ਕਲੀਅਰ ਹੋਈ ਗੱਲ ਤੇ ਜੇਕਰ ਅਸੀਂ ਪਹਿਲੇ ਤੋਂ ਬਾਅਦ ਤੀਜਾ ਤੀਜੇ ਤੋਂ ਬਾਅਦ ਪੰਜਵਾਂ ਪੰਜਵੇਂ ਤੋਂ ਬਾਅਦ ਫੇਰ ਪਹਿਲਾ ਚਲਾ ਲਗੇ ਜਾਂ ਦੂਜਾ ਚਲਾ ਲਗੇ ਇਹਨੂੰ ਬੋਲ ਦਿੰਦੇ ਆਪਾਂ ਰੈਂਡਮ ਰੈਂਡਮਲੀ ਕਿਸੇ ਪੋਜੀਸ਼ਨ ਤੇ ਚੱਲ ਗਏ ਰੈਂਡਮ ਜਾਂ ਡਾਇਰੈਕਟ ਐਕਸੈਸ ਤਾਂ ਇਹ ਜਿਹੜੀ ਇਹਨਾਂ ਨੂੰ ਮੈਗਨੇਟਿਕ ਟੇਪ ਬੋਲ ਦਿੰਦੇ ਆਪਾਂ ਟੇਪਾਂ ਹੁੰਦੀਆਂ ਨੇ ਇਹ ਠੀਕ ਹੈ ਸੋ ਇਹ ਤਾਂ ਆਪਣੇ ਕੋਲੇ ਹੁੰਦਾ ਵੀ ਸੀਰੀਅਲ ਜਾਂ ਸੀਕੁਐਂਸ਼ਲ ਐਕਸੈਸ ਕਲੀਅਰ ਹੋਈ ਗੱਲ ਤੇ ਜਿਹੜਾ ਜਿਪ ਡਿਸਕ ਹੁੰਦਾ ਇਹ ਫਲੋਪੀ ਦਾ ਹੀ ਫਲੋਪੀ ਪੜੀ ਹੋਈ ਹੈ ਨਾ ਆਪਾਂ ਇੱਕ ਫਲੋਪੀ ਡਿਸਕ ਜਿਹਦਾ ਮੈਕਸਿਮਮ ਸਾਈਜ਼ ਆਪਾਂ ਪੜਿਆ ਸੀ 1.44 MB ਤੇ ਇਹਦੇ ਤਿੰਨ ਸਾਈਜ਼ ਸੀਗੇ 8 ਇੰਚ ਤੇ 5.5 ਇੰਚ ਤੇ 3.5 ਇੰਚ ਇਹਦੇ ਤਿੰਨ ਸਾਈਜ਼ ਬੜੇ ਸੀ ਹਨਾ 1.44 ਦੀ ਮੈਕਸਿਮਮ ਕੈਪੈਸਿਟੀ ਦੋਨੋਂ ਗੱਲਾਂ ਦੇ ਕੁਸ਼ਨ ਆਇਆ ਹੋਇਆ ਸੋ ਉਸ ਤੋਂ ਵੱਡਾ ਸਾਈਜ਼ ਸੀਗਾ ਫਲੋਪੀ ਦਾ ਫਲੋਪੀ ਦੀ ਕੈਪੈਸਿਟੀ ਸੀਗੀ ਇਹ ਤਿੰਨ ਕੈਪੈਸਿਟੀ ਦੇ ਵਿੱਚ ਆਈ ਸੀ ਪਹਿਲਾਂ 100 MB ਦੀ ਆਈ ਫਿਰ 250 MB ਤੇ ਫਿਰ ਉਸ ਤੋਂ ਬਾਅਦ 750 MB ਤਾਂ ਇਹ ਰੈਂਡਮ ਐਕਸੈਸ ਹੈ ਡਾਇਰੈਕਟ ਐਕਸੈਸ ਹੈ ਜਿਵੇਂ ਇਹ ਸਾਨੂੰ ਕਿੱਥੋਂ ਪਤਾ ਲੱਗਦਾ ਵੀ ਰੈਂਡਮ ਐਕਸੈਸ ਹੈ ਕਿ ਡਾਇਰੈਕਟ ਐਕਸੈਸ ਹੈ ਉਹਦੇ ਲਈ ਹਰਾਰਕੀ ਹੈ ਬਹੁਤ ਵਾਰੀ ਕਰਾਈ ਹੋਈ ਹੈ ਮੈਂ ਹਨਾ ਪਹਿਲੀਆਂ 3 ਪਹਿਲੀਆਂ 6 ਦੀਆਂ 6 ਮੈਮਰੀਜ਼ ਰੈਂਡਮ ਐਕਸੈਸ ਹਾਂ ਡਾਇਰੈਕਟ ਐਕਸੈਸ ਨੇ ਲਾਸਟ ਵਾਲੀ ਮੈਗਨੇਟਿਕ ਟੇਪ ਸੀਰੀਅਲ ਔਰ ਸੀਕੁਐਂਸ਼ਲ ਐਕਸੈਸ ਹੈ ਤੇ ਜਿਹੜੀ ਫਲੋਪੀ ਤੇ ਜਿਪ ਨੇ ਉਹ ਮੈਗਨੇਟਿਕ ਡਿਸਕ ਦਾ ਹੀ ਹਿੱਸਾ ਨੇ ਕਿਹੜੀ ਮੈਮਰੀ ਕਿਹੜੀ ਮੈਮਰੀ ਦਾ ਹਿੱਸਾ ਹੈ ਬਹੁਤ ਇੰਪੋਰਟੈਂਟ ਹੈ ਮੈਂ ਬਾਰੀ ਬਾਰੀ ਇਹਦੇ ਤੇ ਬਹੁਤ ਜ਼ੋਰ ਟੋੜਾ ਵੀ ਲਾਉਣ ਨੂੰ ਕਹਿ ਰਹੇ ਤੇ ਮੈਂ ਆਪ ਵੀ ਲਾ ਰਿਹਾ ਕਿਉਂਕਿ ਹਰਾਰ ਤਾਂ ਤੁਹਾਡੇ ਸਾਹਮਣੇ ਹੈ ਸਕਰੀਨ ਸ਼ਾਟ ਲੈ ਲਓ ਤੇ ਇਹਦੇ ਤੋਂ ਇਹਨੂੰ ਯਾਦ ਕਰ ਲਓ ਵਾਰੀ-ਵਾਰੀ ਠੀਕ ਹੈ ਸਵੇਰੇ ਉੱਠ ਕੇ ਦਾ ਪ੍ਰਿੰਟ ਆਊਟ ਕੱਢ ਕੇ ਆਪਣੇ ਕਮਰੇ ਚ ਲਾ ਲਓ ਇਹ ਚੀਜ਼ਾਂ ਨੂੰ ਯਾਦ ਕਰ ਲਓ 2-3 ਵਾਰੀ ਲਗਾਤਾਰ ਪੜੋਂਗੇ ਨਾ ਚੀਜ਼ਾਂ ਯਾਦ ਹੋ ਜਾਣਗੀਆਂ ਤੇ ਇਹਦੇ ਤੋਂ ਬਿਨਾ ਮੈਂ ਇੱਕ ਤਰੀਕਾ ਹੋਰ ਤੁਹਾਨੂੰ ਦੱਸਦਾ ਮੈਂ ਆਪਾਂ ਵੀ ਆਡੀਓ ਪਲੇਟਫਾਰਮ ਬਣਾਇਆ ਹੋਇਆ ਹੈ ਟੈਲੀਗ੍ਰam ਤੇ ਚੈਨਲ ਆਪਣਾ ਤੁਸੀਂ ਜੁਆਇਨ ਕਰ ਸਕਦੇ ਹੋ ਉਹਦੇ ਤੇ ਮੈਂ ਕੰਪਿਊਟਰ ਦੀਆਂ ਆਡੀਓ ਫਾਰਮ ਦੇ ਵਿੱਚ ਥਿਊਰੀ ਪਾਈ ਹੋਈ ਹੈ ਥੋੜੀ-ਬਹੁਤ ਤੇ ਹਿਸਟਰੀ ਦੇ ਵੀ ਥੋੜੇ-ਬਹੁਤ ਮਾਡਰਨ ਹਿਸਟਰੀ ਮੈਂ ਪਾਈ ਹੋਈ ਕਿਉਂਕਿ ਮ ਪਰ ਮੈਨੂੰ ਸ਼ੌਂਕ ਹੈ ਨਾ ਚੀਜ਼ਾਂ ਦਾ ਮੈਨੂੰ ਹਿਸਟਰੀ ਵਧੀਆ ਲੱਗਦੀ ਹੈ ਹਨਾ ਸੋ ਮੈਂ ਥੋੜੀ-ਬਹੁਤ ਕੋਸ਼ਿਸ਼ ਕੀਤੀ ਹੈ ਬਾਕੀ ਜੇ ਤੁਹਾਨੂੰ ਲੱਗਦਾ ਤੁਸੀਂ ਜ਼ਿਆਦਾ ਪੜ੍ਹਦੇ ਹੋ ਡੀਪ ਦੇ ਵਿੱਚ ਤਾਂ ਤੁਸੀਂ ਮੈਨੂੰ ਸੁਜੈਸਟ ਵੀ ਕਰ ਸਕਦੇ ਹੋ ਵੀ ਯਾਰ ਇੱਥੋਂ ਆ ਚੀਜ਼ਾਂ ਐਂ ਕਰਕੇ ਐਂ ਠੀਕ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਹਿਸਟਰੀ ਦੇ ਵੀ ਮੈਂ ਕੁਐਸਚਨ ਕਰਾਵਾਂ ਪਰ ਹਜੇ ਫਿਲਹਾਲ ਸ਼ਡਿਊਲ ਥੋੜਾ ਬਿਜੀ ਹੈ ਕਿਉਂਕਿ ਹੁਣ ਥੋੜਾ ਪੇਪਰ ਆਇਆ ਹੋਇਆ ਹੁਣ ਮੈਨੂੰ ਦੋ-ਦੋ ਤਿੰਨ-ਤਿੰਨ ਵੀਡੀਓ ਵੀ ਬਣਾਉਣੀ ਪੈਂਦੀਆਂ ਨੇ ਇੱਕ ਦਿਨ ਵਿੱਚ ਦੀ ਤਾਂ ਗਲਾ ਜਮ ਹੀ ਬੈਠ ਜਾਂਦਾ ਪਰ ਵਧੀਆ ਲੱਗ ਰਿਹਾ ਨਜ਼ਾਰਾ ਆ ਰਿਹਾ ਜਿੰਦਗੀ ਦੇ ਵਿੱਚ ਹਨਾ ਵੀ ਚਲੋ ਮਿਹਨਤ ਮੈਂ ਮੈਂ ਵੀ ਤੁਹਾਡੇ ਨਾਲ ਉਨੀ ਕਰ ਰਿਹਾ ਜਿੰਨੀ ਤੁਸੀਂ ਕਰ ਰਹੇ ਹੋ ਸੋ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਸੀ ਕੋਈ ਵੀ ਚੀਜ਼ਾਂ ਜਿਹੜੀਆਂ ਤੁਸੀਂ ਪੜ ਰਹੇ ਹੋ ਉਹਦੀ ਆਡੀਓ ਬਣਾ ਲਓ ਮੰਨ ਲਓ ਤੁਸੀਂ ਕੋਈ ਚੀਜ਼ ਯਾਦ ਨਹੀਂ ਰਹਿੰਦੀ ਉਹਨੂੰ ਉਹਦੇ ਨਾਲ ਤੁਕੇ ਤੱਕ ਜੋੜ ਕੇ ਹਨਾ ਉਹਨੂੰ ਆਪਾਂ ਯਾਦ ਕਰ ਸਕਦੇ ਹਾਂ ਜਿਵੇਂ ਪਾਕਿਸਤਾਨ ਦੇ ਨਾਲ ਆਪਣੇ ਨਾ ਪੰਜਾਬ ਦੇ ਮੈਂ ਤੁਹਾਨੂੰ ਟ੍ਰਿਕ ਦੱਸਦਾ ਕਿਵੇਂ ਯਾਦ ਰੱਖਣਾ ਹੁੰਦਾ ਹੈ ਪਾਕਿਸਤਾਨ ਦੇ ਨਾਲ ਆਪਣੇ ਛੇ ਜ਼ਿਲ੍ਹੇ ਲੱਗਦੇ ਨੇ ਐਫ ਐਫ ਟੈਗ ਪੀ ਮੈਨੂੰ ਐਵੇਂ ਯਾਦ ਕੀਤਾ ਹੋਇਆ ਐ ਐਫ ਐਫ ਟੈਗ ਪੀ ਠੀਕ ਐ ਫਾਜ਼ਿਲ ਕਾ ਫਰੂਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਟਾਣ ਪਠਾਨਕੋਟ ਤੇ ਇਹ ਆਪਣੇ ਛੇ ਇਹ ਬਹੁਤ ਇੰਪੋਰਟੈਂਟ ਆ ਬੱਚੇ ਮੋਸਟਲੀ ਗਲਤ ਕਰਿਆ ਹੁੰਦੇ ਨੇ ਪਾਕਿਸਤਾਨ ਦੇ ਨਾਲ ਆਪਣੇ ਇਹ ਛੇ ਜ਼ਿਲ੍ਹੇ ਲੱਗਦੇ ਨੇ ਤੇ 425 ਕਿਲੋਮੀਟਰ ਦਾ ਏਰੀਆ ਜਿਹੜਾ ਆਪਣਾ ਉਹ ਬਾਉਂਡਰੀ ਲੱਗਦੀ ਐ ਪੰਜਾਬ ਦੀ ਹੈ ਨਾ ਛੇ ਜ਼ਿਲ੍ਹੇ ਯਾਦ ਰੱਖਣੇ ਸੌਖੇ ਹੋਗੇ ਇਨ੍ਹਾਂ ਛੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜਾ ਟੈਗ ਪੀ ਐ ਪੀ ਐ ਨਾ ਅਜੀ ਤਾਂ ਨਹੀਂ ਬਣਾਦਾ ਮੈਂ ਆ ਗਿਆ ਪਈ ਹੈ ਇਹ ਚਾਰ ਜ਼ਿਲ੍ਹਿਆਂ ਨੂੰ ਮਿਲਾ ਕੇ ਆਪਾਂ ਕਹਿੰਦੇ ਨੇ ਮਾਝਾ ਠੀਕ ਹੈ ਮਾਝਾ ਤੇ ਟੋਟਲ ਆਪਣੇ 23 ਜ਼ਿਲ੍ਹੇ ਨੇ 4 ਤੇ 4 8 15 ਦੂਜੇ ਪਾਸੇ ਰਹਿ ਗਏ ਮਾਲਵੇ ਵਿੱਚ 15 ਰਹਿ ਗਏ ਮਾਝੇ ਦੇ ਚਾਰ ਨੇ ਤੇ ਦੁਆਬੇ ਦੇ ਵਿੱਚ ਵੀ ਦੁਆਬੇ ਦੇ ਵਿੱਚ ਇੱਥੇ ਕਿਹੜਾ ਸੀ ਹਾਂ ਇਹਨੂੰ ਦੇਖੋ ਮੈਂ ਕਿਵੇਂ ਯਾਦ ਕੀਤਾ ਮੈਂ ਤੁਹਾਨੂੰ ਆਈਡੀਆ ਦੱਸ ਰਿਹਾ ਵੀ ਕਿਵੇਂ ਯਾਦ ਰੱਖਣ ਦੇ ਪੁੱਠੇ ਸਿੱਧੇ ਤਰੀਕੇ ਜਿਹੜਾ ਤੁਹਾਨੂੰ ਆਉਂਦਾ ਸਾਡਾ ਮੇਨ ਮੋਟਿਵ ਕੀ ਹੈ ਯਾਰ ਯਾਦ ਰੱਖਣਾ ਸਾਨੂੰ ਥੋੜਾ ਵੀ ਕੀ ਕੀ ਬਣੀ ਜਾਂਦਾ ਇਹਨੂੰ ਤੁਸੀਂ ਐ ਯਾਦ ਕਰ ਰੱਖ ਸਕਦੇ ਹੋ ਉੱਪਰ ਵਾਲਾ ਤਾਂ ਸੀਗਾ ਟੈਗ ਪੀ ਮਾਝਾ ਤੇ ਜਿਹੜਾ ਦੁਆਬਾ ਸੀ ਉਹਨੂੰ ਕਹਿੰਦੇ ਹਾਏ ਜੇਕੇ ਨਾਲ ਲੱਗਦਾ ਦੁਆਬਾ ਹਨਾ ਸੋ ਇਹ ਉਹੀ ਅਸੀਂ ਬੈਠੇ ਕੋਈ ਗੱਲਾਂ ਕਰ ਰਹੇ ਸੀਗੇ ਵੀ ਅਸਲ ਦੇ ਵਿੱਚ ਦੁਆਬਾ ਜੇਕੇ ਨਾਲ ਲੱਗਦਾ ਨਹੀਂ ਹੈਗਾ ਪਰ ਅਸੀਂ ਤਾਂ ਯਾਦ ਹੀ ਰੱਖਣਾ ਹੈ ਨਾ ਯਾਦ ਰੱਖਣ ਚ ਕੀ ਹਰਜ ਹੈ ਤਾਂ ਇਹ ਉਹ ਜਿਵੇਂ ਆਪਾਂ ਬਣਾਉਣੇ ਹੁੰਦੇ ਹੁਏ ਹਏ ਜੇ ਕੇ ਨਾਲ ਲੱਗਦਾ ਹੈ ਦੁਆਬਾ ਹੈ ਨਾ ਤੇ ਮਾਝਾ ਤਾਂ ਲੱਗਦਾ ਹੀ ਲੱਗਦਾ ਹੈ ਤਾਂ ਐਚ ਤੇ ਹੈਗਾ ਹੁਸ਼ਿਆਰਪੁਰ ਜੇ ਤੇ ਹੈਗਾ ਜਲੰਧਰ ਕੇ ਤੇ ਹੈਗਾ ਕੀ ਤੇ ਕਿਹੜਾ ਸੀ ਮੈਂ ਭੁੱਲ ਗਿਆ ਕਪੂਰਥਲਾ ਤੇ ਐਨ ਤੇ ਹੈਗਾ ਨਵਾਂ ਸ਼ਹਿਰ ਦੇਖੋ ਯਾਦ ਹੋਵੇ ਕਰਮ ਸੌਖਾ ਹੈ ਤਾਂ ਐਵੇਂ ਹੀ ਤੁਸੀਂ ਸ਼ਾਰਟਕਟ ਬਣਾਓ ਰੱਟੇ ਨਾ ਮਾਰੋ ਚੀਜ਼ਾਂ ਨੂੰ ਇੱਕ ਤਰੀਕੇ ਨਾਲ ਆਪਦੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਪਾਓ ਕਿ ਕਦੇ ਵੀ ਜ਼ਿੰਦਗੀ ਭਰ ਨਾ ਭੁੱਲਣਾ ਤੇ ਇਹ ਚੀਜ਼ਾਂ ਜਦੋਂ ਬਣ ਜਾਣ ਇਹਨਾਂ ਦੀ ਆਡੀਓ ਬਣਾ ਲਿਆ ਕਰੋ ਆਪਦੇ ਲਈ ਆਡੀਓ ਬਣਾ ਕੇ ਰੱਖ ਲਓ ਕੱਲ ਨੂੰ ਕਿਤੇ ਜਾ ਰਹੇ ਹੋ ਟਰੈਵਲ ਕਰ ਰਹੇ ਹੋ ਕੋਈ ਕੰਮ ਕਰ ਰਹੇ ਹੋ ਖਾਣਾ ਬਣਾ ਰਹੇ ਹੋ ਖਾਣਾ ਖਾਣ ਬਾਹਰ ਜਾ ਰਹੇ ਹੋ ਉਸ ਸਮੇਂ ਨੂੰ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ ਉਦੋਂ ਇਹ ਆਡੀਓ ਰਿਪੀਟ ਤੇ ਚੱਕ ਦਿਓ ਜਿਹੜਾ ਦੇ ਕੁੱਤਿਆਂ ਦਾ ਕੰਨਾ ਸੀ ਤੁਰੇ ਜਾਂਦੇ ਵੀ ਹੈਨਾ ਸੋ ਇਹ ਕੰਮ ਕਰ ਸਕਦੇ ਹੋ ਤੁਸੀਂ ਮੈਨੂੰ ਬਹੁਤ ਜ਼ਿਆਦਾ ਹੈ ਚੀਜ਼ਾਂ ਦਾ ਐਵੇਂ ਵੀ ਤੁਹਾਡੇ ਕਿ ਸਿਲੇਬਸ ਇੰਨਾ ਜ਼ਿਆਦਾ ਹੋ ਗਿਆ ਯਾਰ ਯਾਦ ਰੱਖਣਾ ਕੀ ਕੀ ਪੜੀ ਜਾ ਕੇ ਬੰਦਾ ਕਮਲਾ ਹੋ ਜਾਂਦਾ ਹਣਾ ਮੈਨੂੰ ਪਤਾ ਹੈ ਨਾ ਚੀਜ਼ਾਂ ਦਾ ਕਿਉਂਕਿ ਮੈਂ ਵੀ ਬਹੁਤ ਕੁਤਪਣੇ ਕਰੇ ਹੋਏ ਨੇ ਸਾਰੇ ਹਨ ਸੋ ਇਹ ਥੋੜਾ ਬਹੁਤ ਤਰੀਕਾ ਹੈ ਬਾਕੀ ਜਿਹਨੂੰ ਆਪਾਂ ਕੰਮ ਕਰਾਂਗੇ ਮੈਨੂੰ ਮੈਨੂੰ ਸ਼ੌਂਕ ਬਹੁਤ ਹੈ ਨਾ ਚੀਜ਼ਾਂ ਦਾ ਜੀਓਗ੍ਰਾਫੀ ਵਗੈਰਾ ਹਿਸਟਰੀ ਹਿਸਟਰੀ ਪੋਲਿਟੀ ਪੁਲਟੀ ਇਹਨਾਂ ਦੀਆਂ ਗੁੱਤੀਆਂ ਵੀ ਆਪਾਂ ਕਿਸੇ ਸਮੇਂ ਆਊਗਾ ਤਾਂ ਕੰਧਾ ਤੇ ਇਹ ਵੀ ਚੜਾਉਣੀਆਂ ਨੇ ਫਿਲਹਾਲ ਅਜੇ ਆਪਾਂ ਕੰਪਿਊਟਰ ਦੀਆਂ ਹੀ ਜੜਾਵਾਂਗੇ ਠੀਕ ਹੈ ਸੋ ਇਹ ਫਿਰ ਗੱਲ ਕੀ ਹੋਗੀ ਸੀਕੁਐਂਸ਼ੀਅਲ ਐਕਸੈਸ ਡਿਵਾਈਸ ਮੈਗਨੇਟਿਕ ਟੇਪ ਬਿਲਕੁਲ ਠੀਕ ਆ ਤੇ ਡਾਇਰੈਕਟ ਐਕਸੈਸ ਡਿਵਾਈਸ ਹੈ ਜਿਹੜ ਇਹ ਡਿਸਕ ਐਡਰੈਸ ਕੰਪਰਾਈਜ਼ ਆਫ ਡਿਸਕ ਐਡਰੈਸ ਹੈ ਜਿਹੜਾ ਕੀ ਕੀ ਮਿਲ ਕੇ ਬਣਿਆ ਹੁੰਦਾ ਸੈਕਟਰ ਨੰਬਰ ਟਰੈਕ ਨੰਬਰ ਸੈਗਮੈਂਟ ਨੰਬਰ ਤੇ ਸਰਫਿਸ ਨੰਬਰ ਜੇ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਨਹੀਂ ਕਲਾਸ ਲਾਈਏ ਤਾਂ ਤੁਹਾਨੂੰ ਉਹਦੀ ਪਤਾ ਲੱਗਿਆ ਹੋਣਾ ਵੀ ਸੈਕਟਰ ਤਾਂ ਹੁੰਦੇ ਨੇ ਸੈਕਟਰ ਦਾ ਨੰਬਰ ਹੋਊਗਾ ਇੱਕ ਟਰੈਕ ਵੀ ਹੁੰਦੇ ਨੇ ਟਰੈਕ ਦਾ ਨੰਬਰ ਹੋਊਗਾ ਸਰਫਿਸ ਵੀ ਹੁੰਦੇ ਨੇ ਤੇ ਸੈਗਮੈਂਟ ਨਹੀਂ ਹੁੰਦੇ ਤਾਂ ਆਨਸਰ ਫਿਰ ਹੈਗਾ ਜੀ ਪਹਿਲਾ ਦੂਜਾ ਤੇ ਚੌਥਾ ਠੀਕ ਹੈ ਤਾਂ ਇਹ ਆਪਾਂ ਨੂੰ ਪਤਾ ਟਰੈਕ ਹੁੰਦੇ ਨੇ ਟਰੈਕ ਦਾ ਨੰਬਰ ਹੁੰਦਾ ਟ੍ਰੈਕ ਹੈ ਟ੍ਰੈਕ ਸੈਕਟਰ ਹੋ ਗਿਆ ਹਨਾ ਇਹ ਡਿਸਕ ਸੈਕਟਰ ਹੋ ਗਿਆ ਇਹ ਤਾਂ ਇੱਕ ਹੈਗਾ ਪੂਰੇ ਟ੍ਰੈਕ ਦਾ ਸੈਕਟਰ ਜੇ ਬਹੁਤ ਸਾਰਿਆਂ ਨੂੰ ਮਿਲਾ ਦਾਂਗੇ ਆ ਉਹ ਡਿਸਕ ਦਾ ਸੈਕਟਰ ਹੋ ਜੂਗਾ ਤੇ ਇਹ ਸਿਲੰਡਰ ਹੁੰਦੇ ਨੇ ਕਿਉਂਕਿ ਜਿਹੜੀ ਡਿਸਕ ਹੈ ਉਹ ਇੱਕ ਦੂਜੇ ਦੇ ਉੱਪਰ ਰੱਖ ਕੇ ਡਿਸਕ ਸਟੈਕ ਬਣਿਆ ਹੁੰਦਾ ਇਹ ਵੀ ਤੁਹਾਨੂੰ ਗੱਲ ਕਲੀਅਰ ਹੈ ਵਿਚਕਾਰ ਸਪਿੰਡਲ ਹੁੰਦਾ ਤੇ ਇਹਨੂੰ ਸਰਫੇਸ ਬੋਲਦੇ ਨੇ ਆ ਇਹ ਉੱਪਰ ਵਾਲਾ S1 ਸਰਫੇਸ ਇੱਕ ਦੇ ਥੱਲੇ ਹੋਊਗਾ S2 ਐਵੇਂ S3 S4 S5 S6 S7 S8 ਜਿੰਨੀਆਂ ਡਿਸਕਾਂ ਉਦੋਂ ਦੁੱਗਣੇ ਸਰਫੇਸ ਫਿਰ ਸਰਫੇਸ ਨੰਬਰ ਵੀ ਹੋਊਗਾ ਹਨਾ ਤਾਂ ਫਿਰ ਇਹਦਾ ਆਨਸਰ ਸੀ ਹੈ ਪਹਿਲਾ ਦੂਜਾ ਤੇ ਚੌਥਾ ਕਲੀਅਰ ਹੋ ਗਈ ਗੱਲ ਅਗਲਾ ਵਿੱਚੋਂ ਦੀ ਫੋਲੋਇੰਗ ਇਜ਼ ਨਾਟ ਏ ਕੰਪੋਨੈਂਟ ਆਫ ਮਾਡਰਨ ਕਮਿਊਨੀਕੇਸ਼ਨ ਟੈਕਨੋਲੋਜੀ ਕਹਿੰਦਾ ਕਮਿਊਨੀਕੇਸ਼ਨ ਟੈਕਨੋਲੋਜੀ ਦਾ ਕਿਹੜਾ ਕੰਪੋਨੈਂਟ ਨਹੀਂ ਹੈ ਪ੍ਰੋਟੋਕੋਲ ਤਾਂ ਆਪਾਂ ਨੂੰ ਪਤਾ ਹੀ ਹੈ ਮੈਸੇਜ ਹੁੰਦਾ ਪ੍ਰੋਟੋਕੋਲ ਹੁੰਦਾ ਮੀਡੀਅਮ ਹੁੰਦਾ ਚੈਨਲ ਹੁੰਦਾ ਹਨਾ ਇਹ ਸਾਰੇ ਹੁੰਦੇ ਨੇ ਨੈਟਵਰਕਿੰਗ ਹੁੰਦੀ ਹੈ C++ ਕੰਪਾਈਲਰ ਨਹੀਂ ਹੁੰਦਾ ਇਹ ਟਰਾਂਸਲੇਟਰ ਹੈ ਲੈਂਗੁਏਜ ਟਰਾਂਸਲੇਟਰ ਇਹ ਕੀ ਕੰਮ ਕਰਦਾ ਹੈ ਇਹ ਕਰਦਾ ਹੁੰਦਾ ਹੈ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਟਰਾਂਸਲੇਟਰ ਹੋਰ ਵੀ ਹੁੰਦੇ ਨੇ ਕੰਪਾਈਲਰ ਹੁੰਦਾ ਇੰਟਰਪ੍ਰੀਟਰ ਹੁੰਦਾ ਐਸੈਂਬਲਰ ਹੁੰਦਾ ਉਹ ਵੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸੀ ਹੋਈ ਆ ਗੱਲ ਹਨਾ ਸੋ ਇਹ ਮੀਡੀਅਮ ਦੇ ਵਿੱਚ ਪ੍ਰੋਟੋਕੋਲ ਹੁੰਦੀਆਂ ਨੇ ਸੈਟ ਆਫ ਰੂਲਸ ਸੈਂਡਰ ਹੁੰਦਾ ਰਿਸਿਵਰ ਹੁੰਦਾ ਮੀਡੀਅਮ ਹੁੰਦਾ ਤੇ ਨੈਟਵਰਕਿੰਗ ਹੁੰਦੀ ਹੈ ਕਿਵੇਂ ਦੀ ਜਾਊਗਾ ਆ ਸਾਰੇ ਉਹਦੇ ਕੰਪੋਨੈਂਟ ਨੇ ਕੰਪਿਊਟਰ ਨੈਟਵਰਕ ਨੈਟਵਰਕਸ ਦੇ ਜਿਹਦੇ ਵਿੱਚ ਡਿਵਾਈਸਿਸ ਵੀ ਆ ਗਏ ਜਿਵੇਂ ਬ੍ਰਿਜ ਆ ਗਿਆ ਸਰਵਰ ਮੋਡਮ ਰਾਊਟਰ ਰਿਪੀਟਰ ਸਵਿਚ ਹੱਬ ਐਨ ਆਈ ਸੀ ਕਾਰਡ ਇਹ ਸਾਰੇ ਉਹਦੇ ਕੰਪੋਨੈਂਟ ਨੇ ਜਾਂ ਡਿਵਾਈਸਿਸ ਨੇ ਕਲੀਅਰ ਹੋਈ ਗੱਲ ਸੋ ਇਹਦਾ ਬੀ ਆਨਸਰ ਹੈ ਤਾਂ ਇਹ ਆਪਾਂ ਯਾਦ ਰੱਖਣਾ ਨੌਟੇ ਕੰਪੋਨੈਂਟ ਭੁੱਲ ਗਏ ਸੀ ਨਾ ਦੇਖੋ ਇਹਨੂੰ ਐ ਆਪਾਂ ਮਾਰਕ ਕਰ ਲੈਣਾ ਕਲੀਅਰ ਹੈ ਜੀ ਅਗਲਾ ਵਿੱਚੋਂ ਦੀ ਫੋਲੋਇੰਗ ਇਸ ਆਰ ਫਿਚਰਸ ਸੋਰੀ ਫਿਊਚਰ ਨਹੀਂ ਫੀਚਰਸ ਆਫ ਵੈਬ 2.0 0 ਐਪਲੀਕੇਸ਼ਨ ਪਹਿਲਾਂ ਤਾਂ ਆਪਾਂ ਵੈਬ 2.0 ਐਪਲੀਕੇਸ਼ਨ ਪੜਾਂਗੇ ਉਸ ਤੋਂ ਪਹਿਲਾਂ ਮੋਡੂਲੈਰਿਟੀ ਦੇਖ ਦਿੰਨੇ ਆ ਮੋਡੂਲੈਰਿਟੀ ਕੀ ਹੁੰਦਾ ਡਿਜ਼ਾਈਨ ਇਨ ਮੋਡਿਊਲਸ ਐਂਡ ਮੇਡ ਅ ਸਿੰਗਲ ਸੌਫਟਵੇਅਰ ਕਿਸੇ ਵੀ ਚੀਜ਼ ਨੂੰ ਆਪਾਂ ਜੇ ਮੋਡਿਊਲਸ ਦੇ ਵਿੱਚ ਡਿਵਾਈਡ ਕਰੀਏ ਬਾਅਦ ਚ ਜੋੜ ਦਈਏ ਤਾਂ ਉਹ ਵਧੀਆ ਚੀਜ਼ ਹੁੰਦੀ ਹੈ ਜਿਵੇਂ ਸਾਈਕਲ ਆ ਫੌਰਨ ਦੇ ਵਿੱਚ ਐਵੇਂ ਦੇ ਸਾਈਕਲ ਚੱਲਦੇ ਨੇ ਕਿ ਤੁਸੀਂ ਖੋਲੋ ਆਪਣੇ ਵੀ ਆ ਗਏ ਹੁੰਦਾ ਕਿ ਤੁਸੀਂ ਉਹਨੂੰ ਖੋਲ ਕੇ ਇਕੱਠਾ ਕਰਕੇ ਬੈਗ ਵਿੱਚ ਪਾ ਲਓ ਜਦੋਂ ਜੀ ਕੀਤਾ ਜੋੜ ਕੇ ਫਿਰ ਚਲੋ ਲੈ ਜਾਓ ਹਨਾ ਉਹ ਅਲੱਗ-ਅਲੱਗ ਪਾਰਟਸ ਅਸੈਂਬਲ ਹੁੰਦੇ ਨੇ ਲੱਗ-ਲੱਗ ਬਣਦੇ ਨੇ ਫਿਰ ਇਕੱਠੇ ਹੋ ਕੇ ਇੱਕ ਐਜ਼ ਅ ਯੂਨਿਟ ਬਣ ਜਾਂਦਾ ਠੀਕ ਹੈ ਤਾਂ ਫਿਰ ਉਹਦੀ ਡਿਜ਼ਾਈਨਿੰਗ ਸੌਖੀ ਹੋ ਜਾਂਦੀ ਹੈ ਜਿਹਨੂੰ ਆਪਾਂ ਦੂਜੇ ਤੇ ਚੀਜ਼ ਤੇ ਡਿਪੈਂਡੈਂਟ ਨਹੀਂ ਹੁੰਦੇ ਉਹ ਆਪਣੇ ਆਪਣੇ ਚੀਜ਼ਾਂ ਬੰਦੇ ਡਿਜ਼ਾਈਨ ਕਰੀ ਜਾਂਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਇਕੱਠਾ ਕਰ ਲੈਂਦੇ ਨੇ ਅੱਜ ਕੱਲ ਬੜੀਆਂ ਪਲਾਸਟਿਕ ਦੀਆਂ ਚੀਜ਼ਾਂ ਪਲਾਸਟਿਕ ਦੇ ਮੇਜ਼ ਤੇ ਕੁਰਸੀਆਂ ਐਵੇਂ ਦੇ ਆ ਗਏ ਤੁਸੀਂ ਇਕੱਠੇ ਕਰਕੇ ਇੱਕ ਥਾਂ ਰੱਖ ਦਿਓ ਤੇ ਫਿਰ ਉਹਨੂੰ ਜੋੜ ਕੇ ਫੇਰ ਵਰਤ ਲਓ ਤਾਂ ਇਹ ਕੀ ਹੋ ਜਾਂਦਾ ਹੈ ਮੋਡੂਲੈਰਿਟੀ ਮਤਲਬ ਮੋਡਿਊਲਸ ਦੇ ਵਿੱਚ ਚੀਜ਼ ਬਣਦੀ ਹੈ ਕਹਿੰਦਾ ਵੈਬ 2.0 ਐਪਲੀਕੇਸ਼ਨਾਂ ਨੇ ਕਹਿੰਦਾ ਕਿਹੜੇ ਫੀਚਰ ਨੇ ਇਹਨਾਂ ਦੇ ਵਿੱਚੋਂ ਮੋਡੂਲੈਰਿਟੀ ਇਹ ਤਾਂ ਹੈਗਾ ਹੀ ਐ ਕਿਉਂਕਿ ਵੈਬ 2.0 ਐਪਲੀਕੇਸ਼ਨਾਂ ਨੇ ਜਿਹੜੀਆਂ ਚਲੋ ਦੇਖ ਲੈਨੇ ਆਪਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ 1.0 2.0 ਤੇ 3.0 ਇਹ ਚੰਗੀ ਤਰ੍ਹਾਂ ਦੱਸ ਚੁੱਕਿਆ ਜਿਆਦਾ ਨਹੀਂ ਦੱਸੂਗਾ ਬਸ ਇੰਨਾ ਕੁ ਦੱਸ ਦੇਣਾ ਇਹ ਸਿੰਪਲ ਹੈ ਤੇ ਸਟੈਟਿਕ ਬੋਲਦੇ ਆ 2.0 ਨੂੰ ਡਾਇਨਾਮਿਕ ਜਾਂ ਸੋਸ਼ਲ ਵੈਬ ਜਾਂ ਕਲੈਬੋਰੇਟਿਵ ਵੈਬ ਵੀ ਬੋਲਿਆ ਜਾਂਦਾ ਤੀਸਰੀ ਸਿਮੈਂਟਿਕ ਵੈਬ ਹੈ मीनिंग بیس ਸਰਚ ਕਰਦੀ ਹੈ ਠੀਕ ਹੈ ਸੋ ਵੈਬ 2.0 ਹੈ ਜਿਹੜੀ ਸੋਸ਼ਲ ਵੈਬ ਕਲੈਬੋਰੇਟਿਵ ਹੈ ਸਾਰੇ ਬੰਦੇ ਕਲੈਬੋਰੇਟ ਕਰ ਸਕਦੇ ਆ ਕਮੈਂਟ ਵਗੈਰਾ ਕਰ ਸਕਦੇ ਆ ਯੂਜ਼ਰ ਨੂੰ ਓਨਰ ਬਣਾਤਾ ਇਹਨਾਂ ਦੇ ਬੰਦਿਆਂ ਦੇ ਵੀ ਨਾਮ ਯਾਦ ਕਰਨੇ ਨੇ ਮੈਂ ਕਰਾ ਚੁੱਕਿਆ ਆਲਰੇਡੀ ਹੈਨਾ ਬਾਕੀ ਕੋਈ ਉਸ ਨਾਲ ਦੇ ਵਿੱਚ ਵੀ ਤੁਸੀਂ ਯਾਦ ਕਰ ਲਿਓ ਤਾਂ ਇਹ ਤਾਂ ਮੋਡੂਲੈਰਿਟੀ ਤਾਂ ਹੈਗਾ ਹੀ ਆ ਕਿ ਮੋਡੂਲਸ ਦੇ ਵਿੱਚ ਡਿਵਾਈਡ ਕੀਤੀ ਜਾਂਦੀ ਐਪਲੀਕੇਸ਼ਨ ਕੋਈ ਵੀ ਚੇਂਜ ਕਰਨੀ ਐਪਲੀਕੇਸ਼ਨ ਸਾਰਾ ਸਿਸਟਮ ਅਪਡੇਟ ਕਰਨ ਦੀ ਲੋੜ ਨਹੀਂ ਕੱਲੀ ਐਪ ਅਪਡੇਟ ਹੋ ਜਾਂਦੀ ਹੈ ਠੀਕ ਹੈ ਤੇ ਯੂਜ਼ਰ ਸੈਂਟ੍ਰਿਕ ਸਰਵਿਸ ਇਹ ਤਾਂ ਹੈਗਾ ਹੀ ਆ ਵੀ ਯੂਜ਼ਰ ਦਾ ਖਾਸ ਖਿਆਲ ਰੱਖਿਆ ਗਿਆ ਪਹਿਲੀ ਦੇ ਵਿੱਚ ਜਿਹੜੇ ਯੂਜ਼ਰ ਕੰਟੈਂਟ ਕ੍ਰੀਏਟਰ ਨਹੀਂ ਸੀਗਾ ਅੱਜ ਕੱਲ ਯੂਜ਼ਰ ਹਰੇਕ ਬੰਦਾ ਕੰਟੈਂਟ ਕ੍ਰੀਏਟ ਕਰ ਰਿਹਾ ਠੀਕ ਹੈ ਸੋ ਇਹ ਦੋਨੇ ਗੱਲਾਂ ਹੀ ਠੀਕ ਨੇ ਹਾਂ ਅਗਲਾ ਕੁਐਸਚਨ ਵਿੱਚੋਂ ਦੀ ਫੋਲੋਇੰਗ ਪੇਅਰਸ ਆਫ ਟਾਈਪ ਐਪਲੀਕੇਸ਼ਨ ਆਫ ਵੈਬ 2.0 ਆਰ ਕਰੈਕਟ ਕਹਿੰਦਾ ਵੈਬ 2.0 ਦੇ ਵਿੱਚੋਂ ਕਿਹੜੀਆਂ ਚੀਜ਼ਾਂ ਠੀਕ ਨੇ ਸੋਸ਼ਲ ਨੈਟਵਰਕਿੰਗ ਟਵਿੱਟਰ ਬਿਲਕੁਲ ਠੀਕ ਹੈ ਇੰਟਰਐਕਟਿਵ ਹੈਬ ਫਲਿਕਰ ਵੀ ਠੀਕ ਹੈ ਫਲਿਕਰ ਇੱਕ ਅਮਰੀਕਨ ਅਮੇਜ ਤੇ ਵੀਡੀਓ ਹੋਸਟਿੰਗ ਦੀ ਸਾਈਟ ਹੈ ਵੀ ਮੈਂ ਕਿਸੇ ਵੀਡੀਓ ਚ ਕਰਾ ਚੁੱਕਿਆ ਠੀਕ ਹੈ ਸੋ ਫਿਰ ਇਹ ਦੋਨੇ ਗੱਲਾਂ ਠੀਕ ਨੇ ਅਗਲਾ ਵਿੱਚੋਂ ਦੀ ਫੋਲੋਇੰਗ ਸਟੇਟਮੈਂਟ ਜਾਂ ਸਟੇਟਮੈਂਟਸ ਇਜ਼ ਆਰ ਕਰੈਕਟ ਇਹ ਹੈਗੀ ਇਨਸਟੈਂਟ ਮੈਸੇਜਿੰਗ ਇਜ਼ ਅ ਫਾਰਮ ਆਫ ਰੀਅਲ ਟਾਈਮ ਕਮਿਊਨੀਕੇਸ਼ਨ ਬਿਟਵੀਨ ਟੂ অর ਮੋਰ ਪੀਪਲ ਬੇਸਡ ਔਨ ਟਾਈਪਡ ਟੈਕਸਟ ਔਰ ਯੂジング ਆਡੀਓ ਵੀਡੀਓ ਆਡੀਓ ਤੇ ਵੀਡੀਓ ਕਹਿੰਦਾ ਇਨਸਟੈਂਟ ਮੈਸੇਜਿੰਗ ਹੈ ਜਿਹੜੀ ਇਨਸਟੈਂਟ ਮੈਸੇਜਿੰਗ ਐਪ ਹੈ ਜਿਹਦੀ ਰੀਅਲ ਟਾਈਮ ਕਮਿਊਨੀਕੇਸ਼ਨ ਹੈ ਬਿਟਵੀਨ ਕਾਦੇ ਅ ਬਿਟਵੀਨ ਟੂ অর ਮੋਰ ਪੀਪਲ ਦੇ ਵਿੱਚਕਾਰ ਤੇ ਅਸੀਂ ਟਾਈਪ ਕਰਕੇ ਟੈਕਸਟ ਭੇਜ ਸਕਦੇ ਹਾਂ ਜਾਂ ਆਡੀਓ ਵੀਡੀਓ ਤਾਂ ਜਿਵੇਂ ਆਪਣੇ ਕੋਲੇ ਕਹਿ ਲਓ ਵੀ WhatsApp ਹੈ Instagram ਹੈ ਇਹਨਾਂ ਦੇ ਵਿੱਚ ਆਪਾਂ ਟਾਈਪ ਕਰਕੇ ਵੀ ਭੇਜ ਸਕਦੇ ਹਾਂ ਆਡੀਓ ਵੀ ਭੇਜ ਸਕਦੇ ਹਾਂ ਵੀਡੀਓ ਵੀ ਤਾਂ ਪਹਿਲੀ ਗੱਲ ਠੀਕ ਆ ਆ ਭੁੱਲ ਗਏ ਸੀ ਨਾ ਕਰੈਕਟ ਪੁੱਛਿਆ ਉਹਨੇ ਤੇ ਜੇ ਪੁੱਛਦਾ ਤਾਂ ਮੈਸੇजेस ਕਨਵੇਡ ਬਾਏ ਦਾ ਡਿਵਾਈਸ ਕਨੈਕਟਡ ਓਵਰ ਦਾ ਨੈਟਵਰਕ ਦਾ ਨੈਟਵਰਕ ਨਾਲ ਜੁੜੇ ਹੋਣੇ ਚਾਹੀਦੇ ਆ ਜੇ ਅਸੀਂ ਪੂਰੀ ਦੁਨੀਆ ਨਾਲ ਜੁੜਨਾ ਤਾਂ ਇੰਟਰਨੈਟ ਨਾਲ ਜੁੜਾਂਗੇ ਜੇ ਅਸੀਂ ਆਪਦੇ ਘਰੇ ਆਪਦਾ ਪਰਸਨਲ ਨੈਟਵਰਕ ਬਣਾਉਣਾ ਫਿਰ ਨੈਟ ਦੀ ਲੋੜ ਨਹੀਂ ਫਿਰ ਸਿੱਧੇ ਡਿਵਾਈਸ ਨੂੰ ਆਪ ਆਪਾ ਸਵਿਚ ਨਾਲ ਕਨੈਕਟ ਕਰਕੇ ਜੋੜ ਸਕਦੇ ਆ ਠੀਕ ਹੈ ਤਾਂ ਦੋਨੋਂ ਹੀ ਠੀਕ ਨੇ ਜੇ ਇਨਕਰੈਕਟ ਪੁੱਛ ਲਈ ਯਾਰ ਫਿਰ ਦੱਸਾਂਗੇ ਆਨਸਰ ਕੀ ਹੁੰਦਾ ਇਨਕਰੈਕਟ ਪੁੱਛ ਲਈ ਇਨਕਰੈਕਟ ਦਾ ਮਤਲਬ ਹੈਗਾ ਕਿ ਇਹਨਾਂ ਚੋਂ ਗਲਤ ਕਿਹੜੇ ਨੇ ਗਲਤ ਕੋਈ ਨਹੀਂ ਹੈਗਾ ਤਾਂ ਫਿਰ ਆਨਸਰ ਆਜ ਤੇ ਨੋਰ ਟੂ ਇਹਨੂੰ ਸੋਚ ਕੇ ਦੇਖਿਆ ਕਰੋ ਜਦੋਂ ਕੋਈ ਵੀ ਕੁਸ਼ਨਾਂ ਦੀ ਪ੍ਰੈਕਟਿਸ ਕਰ ਰਹੇ ਹੋ ਹਨ ਜਿਹੜਾ ਕੁਸ਼ਨ ਪਾਉਣ ਵਾਲਾ ਹੁੰਦਾ ਹੈ ਉਹਦੀ ਸਾਈਕੀ ਸਮਝਣੀ ਆਪਾਂ ਤੁਹਾਡਾ ਜਿਹੜਾ ਚਲੋ ਇਹ ਕੰਪਿਊਟਰ ਤੁਹਾਨੂੰ ਐ ਲੱਗਦਾ ਹੋਣਾ ਵੀ ਇਹਦੇ ਵਿੱਚ ਅਸੀਂ ਸੋਚ ਨਹੀਂ ਪਾਉਂਦੇ ਜਿਹੜਾ ਤੁਹਾਡਾ ਸਬਜੈਕਟ ਹੈ ਮੰਨ ਲਓ ਤੁਸੀਂ ਹਿਸਟਰੀ ਦੇ ਹੋ ਤੁਸੀਂ ਪੰਜਾਬੀ ਦੇ ਹੋ ਤੁਸੀਂ ਇੰਜੀਨੀਅਰਿੰਗ ਦੇ ਹੋ ਤੁਸੀਂ ਕਿਹੜੇ ਵੀ ਫੀਲਡ ਦੇ ਹੋ ਤੁਸੀਂ ਐ ਸੋਚ ਕੇ ਦੇਖੋ ਵੀ ਤੁਸੀਂ ਕਿਸੇ ਹੋਰ ਬੰਦੇ ਨੂੰ ਕੁਸ਼ਨ ਪਾਉਣੇ ਨੇ ਉਹਨੂੰ ਕਿਵੇਂ ਫਸਾ ਸਕਦੇ ਹੋ ਜੇ ਸਾਨੂੰ ਉਹ ਵਾਰੀ ਸਾਈਕੋਲੋਜੀ ਸਮਝ ਆ ਗਈ ਫਿਰ ਸਾਨੂੰ ਐ ਪਤਾ ਲੱਗ ਜਾਊਗਾ ਵੀ ਯਾਰ ਇਹ ਬੰਦਾ ਸਾਨੂੰ ਇਹ ਕੁਐਸਚਨ 'ਚ ਕਿੱਥੇ ਫਸਾਉਣ ਦੀ ਕੋਸ਼ਿਸ਼ ਕਰੂਗਾ ਅਸੀਂ ਉੱਥੇ ਨਹੀਂ ਫਸਣਾ ਠੀਕ ਹੈ ਹੁਣ ਮੈਂ ਕੁਐਸਚਨ ਪਾਊਗਾ ਤੁਹਾਨੂੰ ਮੈਨੂੰ ਐ ਹੋ ਜਾਊਗਾ ਵੀ ਇਹਦੇ 'ਚ ਜਿਹੜਾ ਬੰਦਾ ਪੂਰੇ ਕਨਸੈਂਟਰੇਸ਼ਨ ਨਾਲ ਕਰੇ ਉਹੀ ਅੱਗੇ ਆਵੇ ਦੂਜੇ ਨੂੰ ਮੈਂ ਕਿੱਥੇ ਫਸਾਵਾਂ ਐ ਥੋੜੀ ਮੈਂ ਪਾਦਾ ਕੂਝ ਫਾਦਰ ਆ ਕੰਪਿਊਟਰ ਸਾਰਿਆਂ ਨੂੰ ਪਤਾ ਯਾਰ ਹਨਾ ਤਾਂ ਮੈਂ ਥੋੜਾ ਜਿਹਾ ਟੇਡਾ ਬਿੰਗਾ ਕਰੂੰਗਾ ਕੁਐਸਚਨ ਨੂੰ ਤਾਂ ਘਬਰਾਉਣਾ ਨਹੀਂ ਚਾਹੀਦਾ ਜੇ ਅਸੀਂ ਉਹ ਕੁੰਡੀਆਂ ਬਣਾਉਣੀਆਂ ਸਿੱਖ ਗਏ ਹਨਾ ਤਾਂ ਫਿਰ ਸਮਝ ਨਹੀਂ ਕਿਉਂ ਨਹੀਂ ਸਿੱਖਾਂਗੇ ਯਾਰ ਤਾਂ ਤੁਸੀਂ ਸੋਚੋ ਆਹ ਕੁਐਸਚਨ ਤਹੀਂ ਮੈਂ ਤੁਹਾਨੂੰ ਸੁਝਵਾ ਰਿਹਾ ਹਾਂ ਨਾ ਐਸੀ ਸੁਝਵਾਉਣਾ ਪਤਾ ਨਹੀਂ ਸ਼ਬਦ ਸਹੀ ਹੁੰਦਾ ਕਿ ਨਹੀਂ ਕਿ ਕਿਹੜਾ ਕਰੈਕਟ ਹੈ ਇਨਕਰੈਕਟ ਸੋਚੋ ਫਿਰ ਆਨਸਰ ਕੀ ਆਊਗਾ ਜੇ ਐਂ ਪੁੱਛ ਲੈ ਇਹਦੇ ਚ ਹੋਰ ਕਿਵੇਂ ਪਾਸ ਸਕਦਾ ਆਰ ਨਾਟ ਕਰੈਕਟ ਨਾਟ ਕਰੈਕਟ ਪਾਸਦਾ ਇਨਕਰੈਕਟ ਪਾਸਦਾ ਫਾਲਸ ਪਾਸਦਾ ਸਾਰੇ ਤਰੀਕਿਆਂ ਨਾਲ ਦਿਮਾਗ ਲਾ ਕੇ ਦੇਖਣਾ ਫਿਰ ਨਹੀਂ ਕੁਸ਼ਣ ਤੁਹਾਡਾ ਫਾਸਦਾ ਠੀਕ ਹੈ ਮੈਨੂੰ ਪਤਾ ਯਾਰ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਲੱਗੇ ਪਏ ਹੋ ਦਿਨ ਰਾਤ ਇੱਕ ਕੀਤਾ ਹੋਇਆ ਹੈ ਨਾ ਪਰ ਯਾਰ ਸਿੱਲੀ ਮਿਸਟੇਕ ਕਰਕੇ ਮੈਂ ਬਾਰੀ-ਬਾਰੀ ਕਿਉਂਕਿ ਮੈਂ ਬਹੁਤ ਦੁਖੀ ਹੋਇਆ 7ਵੀਂ ਵਾਰੀ ਮੇਰਾ ਨੈਟ ਕਲੀਅਰ ਹੋਇਆ ਹੈ ਨਾ ਸੋ ਕੰਮ ਨਹੀਂ ਕਰਨਾ ਪਹਿਲੀ ਵਾਰ ਹੀ ਲੱਗਣਾ ਆਪਾਂ ਠੀਕ ਆ ਸੋ ਇਹਦਾ ਡੀ ਆਨਸਰ ਹੈ ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਆਰ ਦੀ OTT ਪਲੈਟਫਾਰਮਸ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਦੂਜੇ ਪਾਰਟ ਦੇ ਵਿੱਚ ਵੀ OTT ਪਲੈਟਫਾਰਮ ਕੀ ਹੁੰਦੇ ਨੇ ਮੈਂ ਫੇਰ ਦੱਸ ਦਣਾ ਥੋੜਾ ਜਿਹਾ OTT ਹੁੰਦੇ ਨੇ ਓਵਰ ਦੀ ਟੌਪ ਇਹ ਪਲੈਟਫਾਰਮ ਨੇ ਜਿਹਦੇ ਦੁਆਰਾ ਸਬਸਕ੍ਰਿਪਸ਼ਨ ਬੇਸਡ ਔਨ ਡਿਮਾਂਡ ਵੀਡੀਓ ਦੋਨੋਂ ਦੀ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਸਬਸਕ੍ਰਿਪਸ਼ਨ ਬੇਸਡ ਔਨ ਡਿਮਾਂਡ ਵੀਡੀਓ ਸਰਵਿਸ ਲੈ ਸਕਦੇ ਆ ਇਹਦੇ ਵਿੱਚ ਆਪਾਂ OTT ਟੈਲੀਵਿਜ਼ਨ ਹੁੰਦਾ ਹੈ OTT ਮੈਸੇਜਿੰਗ ਹੋ ਸਕਦਾ ਹੈ OTT ਵੌਇਸ ਕਾਲਿੰਗ ਵੀ ਹੋ ਸਕਦੀ ਹੈ ਕਲੀਅਰ ਗੱਲ ਤਾਂ ਇਹਦੇ ਵਿੱਚ ਸਕਾਈਪ ਫੇਸਟਾਈਮ ਵਾਈਬਰ WhatsApp ਵੀ ਚੈਟ ਐਂਡ ਜੂਮ ਵਗੈਰਾ ਆ ਜਾਂਦੇ ਨੇ ਸਾਰੇ ਹੈਨਾ Netflix Disney Hotstar MX Player Reboot ਆ ਤਾਂ ਪੁੱਛਿਆ ਹੀ ਹੋਇਆ ਆਪਾਂ ਨੂੰ ਨੇ ਕਿਹੜੇ ਕਿਹੜੇ ਪੁੱਛੇ ਨੇ Boot ਹੈ iTunes Netflix Netflix ਪਹਿਲੇ ਹੀ ਪਿਆ ਤੇ iTunes ਵੀ ਆਪਾਂ ਇੱਥੇ ਭਾਲ ਲੈਣੇ ਆ ਜੇ ਨਹੀਂ ਹੈਗਾ ਤਾਂ ਲਿਖ ਲਿਓ ਵਿੱਚ ਹੈਨਾ ਜ਼ਰੂਰੀ ਨਹੀਂ ਨਾ ਕਿਉਂਕਿ ਬਹੁਤ ਸਾਰੇ ਨੇ ਮੈਂ ਵੀ ਨਹੀਂ ਸਾਰੇ ਲਿਖੇ ਹੋਏ ਹੌਟ ਸਟਾਰ ਹੌਟ ਸਟਾਰ ਦਾ ਮੈਨੂੰ ਲੱਗਦਾ ਮੈਂ ਇਹ ਦੇਖਿਆ ਕਿਤੇ ਹੌਟ ਸਟਾਰ ਹੌਟ ਸਟਾਰ ਹੌਟ ਸਟਾਰ ਕਿਥੇ ਆ ਕਿਥੇ 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 ਦੇਖ ਨਹੀਂ ਰਿਹਾ ਯਾਰ ਕਿਤੇ ਜੇ ਲਿਖ ਲਿਓ ਜੇ ਨਹੀਂ ਹੈਗਾ ਤਾਂ ਹੌਟ ਸਟਾਰ ਲਿਖ ਲਿਓ ਤੇ ਨਾਲ ਆਈਟੀਓਂ ਲਿਖ ਲਓ ਜਾਨੀ ਕਿ ਇਹ ਸਾਰੇ ਆਪਾਂ ਪੜ੍ਹਨੇ ਨੇ ਨਾ ਜੋ ਪੁੱਛਿਆ ਜਾ ਸਕਦਾ ਤਾਂ ਫਿਰ ਇਹਦਾ ਸੀ ਆਨਸਰ ਹੈ ਸਾਰੇ ਹੀ OTT ਪਲੇਟਫਾਰਮ ਨੇ ਠੀਕ ਹੈ ਅਗਲਾ ਕੁਐਸਚਨ ਹੈ ਇਹ ਵੀ OTT ਦਾ ਹੀ ਹੈ ਦੀ ਇਨਕਰੀਜ਼ਿੰਗ ਪੈਨੇਟ੍ਰੇਸ਼ਨ of the internet penetration ਹੁੰਦਾ ਵਧਣਾ ਕਿਸੇ ਚੀਜ਼ ਚ ਪਾਉਣਾ ਜਿਵੇਂ ਆਪਾਂ ਪਾਣੀ ਨੂੰ ਇੰਜੈਕਸ਼ਨ ਨੂੰ ਨਹੀਂ ਕਹਿੰਦੇ ਪੈਨੇਟ੍ਰੇਟ ਕਰ ਦੋ ਪੈਨੇਟ੍ਰੇਟ ਕਰਨਾ ਲਾਉਣਾ ਕਿਸੇ ਚੀਜ਼ ਦੇ ਵਿੱਚ of the internet In internet penetration ਵਧ ਰਹੀ ਹੈ ਐਂਡ ਮੋਬਾਈਲ ਡਿਵਾਈਸਸ ਹੈਜ਼ ਕਨਵੀਨੀਐਂਟਲੀ ਸਪਰੈਡ ਦੀ ਮੰਤਰਆ ਆਫ ਕਿਹੜੀ ਚੀਜ਼ ਨੂੰ ਇਸ ਚੀਜ਼ ਨੂੰ ਕਿਹਨੇ ਵਧਾਇਆ ਮਤਲਬ ਇਹ ਕਿਹੜੀ ਚੀਜ਼ ਪ੍ਰੋਵਾਈਡ ਕਰਦਾ ਡੈਸ਼ ਵਿੱਚ ਹੈਜ਼ ਟਰਨਡ ਅਪ ਦੀ ਸਕਸੈਸ ਕੀ ਫਾਰ ਡਰਾਈਵਿੰਗ ਦੀ ਫਿਊਚਰ ਆਫ OTT ਸਰਵਿਸਿਸ ਇਨ ਇੰਡੀਆ ਕਹਿੰਦਾ OTT ਸਰਵਿਸਿਸ ਹੈ ਜਿਹੜੀ ਇਹ ਕੀ ਪ੍ਰੋਵਾਈਡ ਕਰਦੀ ਹੈ ਪੈਨੇਟ੍ਰੇਸ਼ਨ ਇੰਟਰਨੈਟ ਵਧਣ ਦੇ ਨਾਲ ਸਪਰੈਡ ਆਫ ਮੈਂਟਰਾ ਇਹਦਾ ਕੀ ਮਤਲਬ ਮੋਟਿਵ ਕੀ ਹੈ ਇਹਦਾ ਮੋਟਿਵ ਹੈਗਾ ਕਿ ਐਨੀ ਟਾਈਮ ਐਨੀ ਥਿੰਗ ਤੇ ਐਨੀਵੇਅਰ ਤਿੰਨੋਂ ਹੀ ਚੀਜ਼ਾਂ ਨੇ ਐਨੀ ਥਿੰਗ ਕੁਝ ਵੀ ਤੁਸੀਂ OTT ਤੇ ਦੇਖ ਸਕਦੇ ਹੋ Netflix ਤੇ Amazon Prime ਤੇ ਕੁਝ ਵੀ ਦੇਖ ਸਕਦੇ ਹੋ ਤੇ ਐਨੀ ਟਾਈਮ ਕਿਸੇ ਵੀ ਟਾਈਮ ਦਿਨੇ ਦੇਖ ਲਓ ਰਾਤ ਨੂੰ ਦੇਖ ਲਓ ਸਵੇਰੇ ਸ਼ਾਮ ਤੇ ਐਨੀ ਵੇਅਰ ਕੁਲਕੇਸ਼ਨ ਵੀ ਮੈਟਰ ਨਹੀਂ ਕਰਦੀ ਤਾਂ ਗੱਲਾਂ ਫਿਰ ਕਹਿੰਦੇ ਮੁੰਡੇ ਕਹਿੰਦੇ ਤਿੰਨੋਂ ਹੀ ਠੀਕ ਆ ਠੀਕ ਐ ਅਗਲਾ ਕੁਐਸਚਨ ਵਟ ਬਿਲ ਯੂ ਯੂਜ਼ ਇਫ ਯੂ ਵਾਂਟ ਟੂ ਕੰਪਰੈਸ ਅ ਲਾਰਜ ਫਾਈਲ ਇੰਟੂ ਸਮਾਲ ਫਾਈਲ ਜਿਹੜੀ ਮੈਂ ਦੱਸ ਚੁੱਕਿਆ ਆਲਰੇਡੀ ਕਿ ਸਾਈਜ਼ ਜੇਕਰ ਫਾਈਲ ਦਾ ਸਾਈਜ਼ ਘਟਾਉਣਾ ਜਿਵੇਂ ਆਪਾਂ ਨੂੰ ਈਮੇਲ ਦੇ ਵਿੱਚ ਪਤਾ ਐ ਇਹ ਕੁਐਸਚਨ ਵੀ ਪੁੱਛਿਆ ਉਹਨੇ ਕਹਿੰਦਾ ਈਮੇਲ ਦੇ ਵਿੱਚ ਮੈਕਸਿਮਮ ਕਿੰਨਾ ਸਾਈਜ਼ ਅਸੀਂ ਟਰਾਂਸਮਿਟ ਕਰ ਸਕਦੇ ਆ 25 MB 25 MB ਤੋਂ ਅਸੀਂ ਜ਼ਿਆਦਾ ਭੇਜ ਨਹੀਂ ਸਕਦੇ ਜੇ ਸੋਡੇ ਕੋਲੋਂ 30 MB ਦੀ ਫਾਈਲ ਐ ਤਾਂ ਉਹਨੂੰ ਜਿਪ ਫਾਈਲ ਦੇ ਵਿੱਚ ਕਨਵਰਟ ਕਰ ਦੋ ਜਿਪ ਦੇ ਵਿੱਚ ਜਿਪ ਦਾ ਮਤਲਬ ਕੀ ਹੁੰਦਾ ਕੰਪਰੈਸ ਕਰਨਾ ਕੰਪਰੈਸ ਕਰਕੇ ਉਹਦਾ ਸਾਈਜ਼ ਛੋਟਾ ਹੋ ਜਾਂਦਾ ਤਾਂ ਬਿੰਜਿਪ ਇੱਕ ਐਮ ਇਹਦਾ ਸੌਫਟਵੇਅਰ ਹੈ ਜਿਹਦੇ ਨਾਲ ਆਪਾਂ ਕੰਪਰੈਸ ਕਰ ਸਕਦੇ ਹਾਂ ਤੇ ਹੋਰ ਵੀ ਲਿਸਟ ਦਿੱਤੀ ਹੋਈ ਆ ਮੈਂ ਕਿਹੜੇ ਕਿਹੜੇ ਸੌਫਟਵੇਅਰ ਨੇ ਬਿੰਜਿਪ a7 ਜਿਪ a7 ਜਿਪ ਓਪਨ ਸੋਰਸ ਹੈ ਠੀਕ ਹੈ ਓਪਨ ਸੋਰਸ ਦਾ ਮੈਂ ਆਲਰੇਡੀ ਦੱਸਿਆ ਹੋਇਆ ਦੁਬਾਰੀ ਨਹੀਂ ਦੱਸਦਾ ਕੀ ਦੱਸ ਦੇਣ ਦੱਸ ਦੇਣਾ ਚਲ ਓਪਨ ਸੋਰਸ ਜਿਹਦੇ ਵਿੱਚ ਕੋਡ ਵੀ ਮਿਲਦਾ ਜਿਵੇਂ ਮੇਰੇ ਰੈਸਟੋਰੈਂਟ ਤੋਂ ਖਾਣਾ ਵੀ ਮਿਲ ਗਿਆ ਤੇ ਰੈਸিপি ਵੀ ਮਿਲ ਗਈ ਉਮੇ ਹੀ ਓਪਨ ਸੋਰਸ ਦੇ ਵਿੱਚ ਹਾਈ ਲੈਵਲ ਲੈਂਗੁਏਜ ਦਾ ਕੋਡ ਵੀ ਮਿਲਦਾ ਪਲੱਸ ਐਗਜ਼ੀਕਿਊਟੇਬਲ 01 ਬਾਈਨਰੀ ਵਾਲਾ ਵੀ ਮਿਲਦਾ ਠੀਕ ਹੈ ਸੋ ਇਹ ਇਕੱਲਾ ਹੀ ਓਪਨ ਸੋਰਸ ਹੈ ਤਾਂ ਡੀ ਆਨਸਰ ਹੈ ਅਗਲਾ ਹੂ ਇਜ਼ ਦੀ ਫਾਊਂਡਰ ਆਫ YouTube ਇਹ ਵੀ ਮੈਂ ਆਲਰੇਡੀ ਤੁਹਾਡੇ ਨਾਲ ਨੋਟਸ ਵੀ ਸ਼ੇਅਰ ਕੀਤੇ ਸੀਗੇ ਵੀ ਇਹ ਤਿੰਨ ਬੰਦੇ ਹੀ ਸੀਗੇ ਆ ਦੇਖੋ YouTube ਦੇ ਫਾਊਂਡਰ ਕਿਹੜੇ-ਕਿਹੜੇ ਸੀ ਕਿੱਥੇ ਇੱਥੇ ਹੈਗਾ ਕਿ ਹੈ ਨਹੀਂ ਤੇ ਤਾਂ ਹੈ ਨਹੀਂ ਇੱਥੇ ਆ ਦੇਖੋ YouTube ਹੈ ਸੀਗਾ ਇਹ Google ਚ ਖਰੀਦ ਲਿਆ Google ਨੇ ਓਨ ਕਰ ਲਿਆ 2006 ਚ 2005 ਚ ਬਣਾਇਆ ਸੀ ਤਿੰਨ ਬੰਦਿਆਂ ਨੇ ਆਹ ਬੰਦਿਆਂ ਨੇ ਠੀਕ ਹੈ ਸਟੀਵ ਚੈਨ ਜੈਡ ਹਾਰਲੇ ਤੇ ਜਾਵედ ਕਰੀਮ ਜਾਵედ ਕਰੀਮ ਕਰ ਕਰੀਮ ਪਤਾ ਨਹੀਂ ਇਹ ਇੰਡੀਅਨ ਸੀ ਕਿ ਪਾਕਿਸਤਾਨੀ ਸੀ ਨਾ ਜਾਵედ ਤਾਂ ਆਪਣਾ ਹੀ ਨਾਮ ਜਾ ਲੱਗਦਾ ਸੋ ਮੈਨੂੰ ਨਹੀਂ ਪਤਾ ਮੈਂ ਧਿਆਨ ਚ ਨਹੀਂ ਇਹ ਕਿੱਥੋਂ ਦੇ ਬੰਦੇ ਸੀ ਯੂ ਐਸ ਦੇ ਹੀ ਲਿਖਿਆ ਹੋਇਆ ਪਤਾ ਨਹੀਂ ਇੰਡੀਅਨ ਓਰੀਜਿਨ ਤੋਂ ਨਾ ਹੋਣ ਹਨਾ ਸੋ ਚਲੋ ਇੰਨੀ ਦਾ ਲੋੜ ਨਹੀਂ ਆਪਣਾ ਨਾਮ ਹੀ ਬਹੁਤ ਆ ਤਾਂ ਬਾਕੀ ਦੀਆਂ ਕੰਪਨੀਆਂ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ WhatsApp ਹੈ ਇਹ ਤੇ ਕੁਐਸਚਨ ਆਇਆ ਹੋਇਆ ਹੈ Facebook acquire ਕੀਤਾ ਹੀ Facebook ਨੇ acquire ਕੀਤਾ WhatsApp 2014 ਚ Facebook ਨੇ Instagram acquire ਕੀਤਾ 2012 ਚ ਇਹਦੇ ਤੇ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਤੇ ਇਹਦੇ ਆ ਕੰਪਨੀਆਂ ਬਾਰੇ ਵੀ ਪੜ੍ਹ ਸਕਦੇ ਹੋ Microsoft Apple Infosys ਇਹ ਮੈਂ ਆਲਰੇਡੀ ਦੱਸ ਚੁੱਕਿਆ ਹਾਂ ਠੀਕ ਹੈ ਸੋ ਫਿਰ ਇਹਦਾ ਆਨਸਰ D ਹੈ ਤਿੰਨੋਂ ਹੀ ਬੰਦੇ ਨੇ ਅਗਲਾ ਕੁਐਸਚਨ ਹੈ ਵਿਚੋਂ ਦੀ ਫਾਲੋਇੰਗ ਆਰ ਸੋਸ਼ਲ ਨੈਟਵਰਕਿੰਗ ਸਰਵਿਸਿਜ਼ ਕਿਹੜੀਆਂ ਸੋਸ਼ਲ ਨੈਟਵਰਕਿੰਗ ਸਰਵਿਸਿਜ਼ ਨੇ ਥ੍ਰਿਲਰ ਵੈਲੈਂਸ ਦੇਖੋ ਇਹ ਵੀ ਆਏ ਹੋਏ ਨੇ 2021 ਦੇ ਵਿੱਚ ਹੈ ਨਾ ਤਾਂ ਇਹਦੇ ਲਈ ਫਿਰ ਆਪਾਂ ਨੂੰ ਆਹੀ ਯਾਦ ਕਰਨੀਆਂ ਪੈਣਗੀਆਂ ਪਿਛਲੀ ਵੀਡੀਓ ਦੇ ਵਿੱਚ ਮੈਂ ਲਿਸਟ ਤੁਹਾਨੂੰ ਦਿੱਤੀਆਂ ਸੀ ਦੋਨੋਂ ਇਹ ਲਿਸਟ ਦੇਖੋ ਵੈਲੈਂਸ ਹੀ ਪਾਲ ਗਏ ਆਪ ਐ ਵੈਲੈਂਸ ਤੇ ਥ੍ਰਿਲਰ ਵੀ ਹੋਊਗਾ ਇਹਦੇ ਵਿੱਚ ਹੀ ਥ੍ਰਿਲਰ ਕਿੱਥੇ ਜੇ ਹੈ ਟਿਕਟੌਕ ਬੀਚੈਟ ਟੈਲੀਗ੍ਰਾਮ ਥ੍ਰਿਲਰ ਪਹਿਲੇ ਹੀ ਹੈ ਹਨਾ ਸੋ ਇਹ ਇਸ ਤਰ੍ਹਾਂ ਪੁੱਛ ਲੈਂਦਾ ਹੁੰਦਾ ਤਾਂ ਇੱਕ ਵਾਰੀ ਪੜ ਲਿਓ ਵੈਸੇ ਤਾਂ ਇੰਨੀਆਂ ਲੰਬੀਆਂ ਔਖੀਆਂ ਪਰ ਜੇ ਪੜ ਲਓਗੇ ਨਾ ਫਿਰ ਉੱਥੇ ਥੋੜਾ ਜਿਹਾ ਲਿਮੀਨੇਟ ਕਰਨ ਚ ਹੈਲਪ ਹੋ ਜਾਊ ਤੇ ਇਹ ਦੋਨੋਂ ਹੀ ਆਨਸਰ ਨੇ ਅਗਲਾ ਕੁਐਸਚਨ ਵਿੱਚ ਉਹਦੀ ਫੋਲੋਇੰਗ ਇਸ ਆਰ ਸੋਸ਼ਲ ਨੈਟਵਰਕਿੰਗ ਸਰਵਿਸਿਜ਼ ਦੇਖੋ ਮੈਂ ਯਾਰ ਮੇਰਾ ਥੋੜਾ ਜਿਹਾ ਗਲੇ ਦੀ ਪ੍ਰੋਬਲਮ ਹੈ ਮੈਂ ਤਾਂ ਹੌਲੀ ਕਰਾ ਰਿਹਾ ਨਹੀਂ ਤਾਂ ਮੈਂ ਥੋੜਾ ਜਿਹਾ ਕੋਸ਼ਿਸ਼ ਕਰਦਾ ਹਾਂ ਵੀ ਤੇਜ਼ ਕਰਾਉਣ ਦੀ ਥੋੜਾ ਉੱਚਾ ਬੋਲਣ ਦੀ ਹੈਨਾ ਕਿਉਂਕਿ ਡਿਸਟਰਬੈਂਸ ਹੈ ਉਹ ਫਿਰ ਦੱਬੀ ਜਾਂਦੀ ਹੈ ਆਵਾਜ਼ ਦੇ ਥੱਲੇ ਪਰ ਹੁਣ ਮੇਰਾ ਜੋਰ ਹੀ ਬਹੁਤ ਲੱਗਿਆ ਪ ਚਾਰ-ਪੰਜ ਵੀਡੀਓ ਤੁਹਾਡੀਆਂ ਹੋਰ ਬਣਾਉਣੀਆਂ ਨੇ ਕੰਮ ਰਹਿੰਦਾ ਤੁਹਾਡਾ ਹਜੇ ਹਨਾ ਤਾਂ ਮੈਂ ਹੌਲੀ ਬੋਲ ਰਿਹਾ ਤਾਂ ਪਲੀਜ਼ ਰਿਕੁਐਸਟ ਹੈ ਮੇਰੀ ਕਿ ਤੁਸੀਂ ਇਹਨੂੰ ਡੇਢ ਜਾਂ 2 ਦੀ ਸਪੀਡ ਤੇ ਕਰਕੇ ਸੁਣ ਲਿਓ ਤੁਹਾਡਾ ਸਮਾਂ ਵੇਸਟ ਨਹੀਂ ਹੋਊਗਾ ਠੀਕ ਹੈ ਹਾਂ ਵਿੱਚੋਂ ਦੀ ਫੋਲੋਇੰਗ ਇਜ਼ ਆਰ ਸੋਸ਼ਲ ਨੈਟਵਰਕਿੰਗ ਸਰਵਿਸਿਜ਼ ਕਿਹੜੀਆਂ ਕਹਿੰਦਾ ਸੋਸ਼ਲ ਨੈਟਵਰਕਿੰਗ ਸਰਵਿਸਿਜ਼ ਨੇ ਉਹਦੇ ਨਾਲ ਦੇ ਹੀ ਕੁਸ਼ਣ ਹੈ α ਤੇ ਹਾਊਸ ਪਾਰਟੀ ਡੀ ਦੋਨੋਂ ਹੀ ਨੇ ਠੀਕ ਹੈ ਇਹਦੇ ਵਿੱਚੋਂ ਹੀ ਲੱਭਣੀ ਆਪਾਂ ਦੇਖੋ α ਤੇ ਹਾਊਸ ਪਾਰਟੀ α ਪਈ ਹੈ ਹਾਊਸ ਪਾਟੀ ਆਈ ਗਈ ਹੈ ਠੀਕ ਹੈ ਸੋ ਪੁੱਛੇ ਹੋਏ ਨੇ ਕੁਐਸਚਨ ਡਿਨਾਈ ਨਹੀਂ ਕਰ ਸਕਦੇ ਵੀ ਇਹ ਤਾਂ ਨਹੀਂ ਆਉਂਦਾ ਯਾਰ ਮੈਂ ਕਿਵੇਂ ਕਹਦਾ ਤੁਹਾਨੂੰ ਵੀ ਨਹੀਂ ਆਉਂਦੀ ਜਿਹਨੂੰ ਪੁੱਛੇ ਹੋਏ ਨੇ ਹਨਾ ਤਾਂ ਫਿਰ ਤੁਸੀਂ ਇਹ ਪੜ੍ਹਨੇ ਹੀ ਪੈਣਗੇ ਠੀਕ ਹੈ ਅਗਲਾ ਵਿੱਚ ਉਹਦੀ ਫਾਲੋਇੰਗ ਪ੍ਰੋਟੋਕੋਲ ਵਿੱਚ ਉਹਦੀ ਫਾਲੋਇੰਗ ਆਰ ਦੀ ਕਾਮਨ ਈਮੇਲ ਪ੍ਰੋਟੋਕੋਲ ਕਹਿੰਦਾ ਈਮੇਲ ਦੀਆਂ ਪ੍ਰੋਟੋਕੋਲ ਕਿਹੜੀਆਂ ਨੇ ਤੁਸੀਂ ਪੜ੍ਹਿਆ ਹੋਣਾ ਚੰਗੀ ਤਰ੍ਹਾਂ ਆਪਾਂ ਇਹ ਤਾਂ ਬਹੁਤ ਵਧੀਆ ਪੜ੍ਹਿਆ ਹੋਇਆ ਤਿੰਨੋਂ ਹੀ ਪ੍ਰੋਟੋਕੋਲ ਨੇ ਠੀਕ ਹੈ ਤਿੰਨੋਂ ਪ੍ਰੋਟੋਕੋਲ ਨੇ ਈਮੇਲ ਦੀਆਂ ਸੈਂਡਰ ਤੇ ਰਿਸਿਵਰ ਹੈ ਇਹ ਮੰਨ ਲਓ ਏ ਬੰਦਾ ਏ ਬੀ ਹੈ ਏ ਨੇ ਬੀ ਨੂੰ ਮੈਸੇਜ ਭੇਜਣਾ ਏ ਦੁਆਰਾ ਬੀ ਦੇ ਮੇਲ ਬਾਕਸ ਤੱਕ ਲਿਜਾਣ ਲਈ ਪ੍ਰੋਟੋਕੋਲ ਵਰਤੀ ਜਾਂਦੀ ਹੈ ਐਸ ਐਮ ਟੀ ਪੀ ਐਸ ਐਮ ਟੀ ਪੀ ਹੁੰਦੀ ਹੈ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ ਐਸ ਐਮ ਟੀ ਪੀ ਦਾ ਪੋਰਟ ਹੁੰਦਾ ਹੈ 25 ਨੰਬਰ ਤੇ ਡੀ ਐਨ ਐਸ ਦਾ ਆਪਾਂ ਕੀਤਾ ਸੀਗਾ ਹੁੰਦਾ ਹੈ 53 ਨੰਬਰ ਤੇ ਐਚ ਟੀ ਟੀ ਪੀ ਇਹਦਾ ਪੁੱਛਿਆ ਹੋਇਆ ਸੀ 80 ਨੰਬਰ ਤੇ ਐਚ ਟ ਟੀ ਪੀ ਐਸ ਇਹਦਾ ਸੀਗਾ 443 ਇਹ ਵੀ ਤੁਸੀਂ ਤੁਹਾਨੂੰ ਯਾਦ ਹੋਊ ਮੈਂ ਰਿਵਾਈਜ਼ ਕਰਾ ਰਿਆ ਐਸ ਐਮ ਟੀ ਪੀ ਐ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਮੇਲ ਭੇਜਣ ਦੇ ਲਈ ਤੇ ਪੋ 3 ਤੇ ਆਈ ਮੈਪ ਪੋਸਟ ਆਫਿਸ ਪ੍ਰੋਟੋਕੋਲ ਤੇ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ ਜਾਂ ਇੰਟਰਨੈਟ ਮੇਲ ਐਕਸੈਸ ਪ੍ਰੋਟੋਕੋਲ ਡਾਊਨਲੋਡਿੰਗ ਦੇ ਲਈ ਹੈ ਦੋਨੇ ਠੀਕ ਹੈ ਸੋ ਤਿੰਨੇ ਹੀ ਪ੍ਰੋਟੋਕੋਲ ਨੇ ਇਹ ਤਾਂ ਆਨਸਰ ਫਿਰ ਬੀ ਹੈ ਕਲੀਅਰ ਹੋਈ ਗੱਲ ਅਗਲਾ ਬੇਚੋ ਦੀ ਫਾਲੋਇੰਗ ਇਜ਼ ਆਰ ਕੈਰੈਕਟਰ ਰਿਗਾਰਡਿੰਗ ਐਕਸ ਐਮ ਐਲ ਕਰੈਕਟ ਪੁੱਛਿਆ ਕਹਿੰਦਾ ਐਕਸ ਐਮ ਐਲ ਇਜ਼ ਨੋਟ ਅ ਰਿਪਲੇਸਮੈਂਟ ਆਫ ਐਚ ਟੀ ਐਮ ਐਲ ਕੀ ਕਹਿੰਦਾ ਐਕਸ ਐਮ ਐਲ ਨੇ ਰਿਪਲੇਸ ਤਾਂ ਨਹੀਂ ਕਰਤਾ ਐਚ ਟੀ ਐਮ ਐਲ ਨੂੰ ਕੀ ਕਹਿੰਦਾ ਇਹ ਰਿਪਲੇਸਮੈਂਟ ਤਾਂ ਨਹੀਂ ਹੈ ਹੈਨਾ ਫਿਰ ਕਹਿੰਦਾ ਐਕਸ ਐਮ ਐਲ ਕੈਨ ਮੇਕਸ ਡੇਟਾ ਮੋਰ ਯੂਸਫੁਲ ਇਹ ਵੀ ਕਹਿੰਦਾ ਐਕਸ ਐਮ ਐਲ ਮੋਰ ਯੂਸਫੁਲ ਬਣਾਉਂਦੀ ਆ ਡੇਟਾ ਨੂੰ ਆਪਾਂ ਪੜਦੇ ਆ ਦਾ ਮਤਲਬ ਕੀ ਹੁੰਦਾ ਐਕਸ ਐਮ ਐਲ ਤੇ ਐਚ ਟੀ ਐਮ ਐਲ ਚ ਆਪਾਂ ਫਰਕ ਸਮਝਦੇ ਆ ਅ HTML ਤਾਂ ਹੁੰਦੀ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਇਹ ਲਿਖੀ ਸੀਗੀ ਟਿੰਬ ਬਰਨਰਲੀ ਨੇ ਟਿੰਬ ਬਰਨਰਲੀ ਇਹ ਮੈਂ ਰਿਵੀਜ਼ਨ ਹੀ ਕਰਾ ਰਿਹਾ ਕਿਉਂਕਿ ਮੈਂ ਬਹੁਤ ਵਾਰੀ ਦੱਸ ਚੁੱਕਾ ਹਾਂ ਚੀਜ਼ਾਂ ਸ਼ਾਇਦ 19 ਪਤਾ ਨਹੀਂ 91 91 ਚ ਕਿਉਂਕਿ 89 ਦੇ ਵਿੱਚ ਇਸ ਬੰਦੇ ਨੇ ਵਰਲਡ ਵਾਈਡ ਵੈਬ ਬਣਾਇਆ ਲੈਂਗੁਏਜ ਮੈਨੂੰ ਯਾਦ ਨਹੀਂ ਚੈੱਕ ਕਰ ਸਕਦੇ ਹਾਂ ਵੀ HTML ਕਦੋਂ ਲਿਖੀ ਗਈ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ XML ਹੈ ਐਕਸਟੈਂਸ਼ੀਬਲ ਮਾਰਕਅਪ ਲੈਂਗੁਏਜ ਹੈਗੀਆਂ ਦੋਨੋਂ ਹੀ ਮਾਰਕਅਪ ਲੈਂਗੁਏਜ ਨੇ ਦੋਨੋਂ ਹੀ ਵੈਬਪੇਜ ਡਿਜ਼ਾਈਨ ਦੇ ਲਈ ਵਰਤਿਆ ਜਾਂਦੀਆਂ ਨੇ ਬਟ ਫਰਕ ਦੇਖਦੇ ਆ ਕੀ ਐ HTML ਬਾਸ ਡਿਜ਼ਾਈਨ ਟੂ ਡਿਸਪਲੇ ਡਾਟਾ ਐਂਡ ਟੂ ਫੋਕਸ ਔਨ ਹਾਊ ਡਾਟਾ ਲੁਕਸ ਕਿੰਨਾ ਇਹ ਵੈਬਪੇਜ ਤੇ ਡਾਟਾ ਨੂੰ ਦਿਖਾਉਂਦਾ ਜਿਵੇਂ ਮੈਂ ਹਾ ਡਾਟਾ ਡਿਸਪਲੇ ਨਹੀਂ ਕਰਾਇਆ ਦੋ ਟੇਬਲ ਜੇ ਬਣਾ ਲਏ ਅੱਗੇ ਡਾਟਸ ਜੇ ਲਾ ਲੇ ਇਥੋਂ ਨੀਲੇ ਜੇ ਕਰਤੇ ਵੈਸੇ ਤਾਂ ਮੈਂ ਸਕਰੀਨਸ਼ਾਟ ਲੇ ਹੈ نیٹ ਤੋਂ ਮੈਂ ਤਾਂ ਨਹੀਂ ਬਣਾਏ ਸੋ ਇਹ ਹੈਗਾ HTML ਦਾ ਕੰਮ ਵੀ ਉਹ ਡਾਟਾ ਨੂੰ ਡਿਸਪਲੇ ਕਿਵੇਂ ਕਰਾਉਣਾ ਹੈ ਠੀਕ ਹੈ ਤੇ ਡਾਟਾ ਲੁੱਕ ਕਿਵੇਂ ਕਰੇਗੀ ਉਹਦਾ ਫੌਂਟ ਫੋਨ ਚੇਂਜ ਕਰ ਦੇਣਾ ਕਲਰ ਚੇਂਜ ਕਰ ਦੇਣਾ ਠੀਕ ਹੈ ਇਹ ਐਚਟੀਐਮਐਲ ਦਾ ਕੰਮ ਹੈ ਤੇ ਐਕਸਐਮਐਲ ਕੀ ਦੱਸਦਾ ਸਾਨੂੰ ਡਿਜ਼ਾਈਨ ਟੂ ਡਿਸਕਰਾਇਬ ਡਾਟਾ ਐਂਡ ਫੋਕਸ ਔਨ ਵਾਟ ਇਜ਼ ਡਾਟਾ ਇਹ ਡਾਟਾ ਬਾਰੇ ਦੱਸਦਾ ਵੀ ਡਾਟਾ ਹੈ ਕੀ ਐਚਟੀਐਮਐਲ ਤਾਂ ਦੱਸੂਗਾ ਵੀ ਡਾਟਾ ਦਿਖੇ ਕਿਵੇਂ ਇਹ ਦੱਸੂਗਾ ਵੀ ਡਾਟਾ ਅਸਲ ਦੇ ਵਿੱਚ ਹੈਗਾ ਕੀ ਹੈ ਯੂ ਮਸਟ ਯੂਜ਼ ਪ੍ਰੀਡਿਫਾਈਨਡ ਟੈਗ ਇਹਦੇ ਵਿੱਚ ਟੈਗ ਹੁੰਦੇ ਨੇ ਜਿਵੇਂ ਬੋਡੀ ਦਾ ਟੈਗ ਹੁੰਦਾ ਹੈ ਬੀ ਸਟਾਰਟ ਹੋ ਗਿਆ ਤੇ ਐਂਡ ਹੋ ਜਾਂਦਾ ਹੈ ਸਲੈਸ਼ ਬੀ ਦੇ ਨਾਲ ਠੀਕ ਹੈ ਇਹ ਤੁਸੀਂ ਦੇਖਣੇ ਆ ਨਾ ਵੀ ਲੈਂਗੁਏਜ ਕਿਵੇਂ ਹੁੰਦੀ ਹੈ ਆਪ ਦਾ ਤੁਸੀਂ ਐਂ ਕਰਿਓ ਕੋਈ ਵੀ ਪੇਜ ਖੋਲਿਓ ਵੈਬਸਾਈਟ ਖੋਲਿਓ ਉਹਦੇ ਤੇ ਰਾਈਟ ਕਲਿਕ ਕਰਕੇ ਰਾਈਟ ਕਲਿਕ ਆਪਾਂ ਜਿਵੇਂ ਕਰਾਂਗੇ ਮੈਂ ਕਰਕੇ ਵੀ ਦਿਖਾ ਦਿੰਨਾ ਕਿਤੇ ਮੇਰੀ ਵੀਡੀਓ ਨਾ ਬੰਦ ਹੋ ਜਾਵੇ ਮੈਨੂੰ ਥੋੜਾ ਜਿਆਦਾ ਡਰ ਲੱਗਦਾ ਹੁੰਦਾ ਇੰਨੀ ਬਣਾ ਕੇ ਆਪਾਂ ਪਿੱਛੇ ਭਾਜ ਜਾਨੇ ਆ ਹਨਾ ਵੈਬਸਾਈਟ ਖੋਲ ਲੈਣੇ ਕੋਈ ਵੀ ਵੈਸੇ ਤਾਂ ਚਲੋ ਨੈਟ ਮੇਰਾ ਬੰਦ ਹੈ ਸ਼ਾਇਦ ਪਤਾ ਨਹੀਂ ਖੁੱਲੂ ਪਤਾ ਨਹੀਂ ਨਾ ਤੇ ਇੱਥੇ ਜਦੋਂ ਆਪਾਂ ਰਾਈਟ ਕਲਿਕ ਕਰਦੇ ਆ ਰਾਈਟ ਕਲਿਕ ਕਰਾਂਗੇ ਇੱਥੇ ਆ ਜਾਂਦਾ ਹੁੰਦਾ ਇਨਸਪੈਕਟ ਇਨਸਪੈਕਟ ਕਰਾਂਗੇ ਇਨਸਪੈਕਟ ਕਰ ਦਾਂਗੇ ਆਹ ਦੇਖੋ ਆਪਣੇ ਕੋਲ ਐਚਟੀਐਮਐਲ ਲੈਂਗੁਏਜ ਹੈ ਆ ਦੇਖੋ ਐਚਟੀਐਮਐਲ ਲਿਖਿਆ ਤੇ ਹੈਡ ਲਿਖਿਆ ਹੈਡ ਟੈਗ ਸਟਾਰਟ ਹੋ ਗਿਆ ਬੰਦ ਹੋ ਗਿਆ ਹਨਾ ਡਿਵੀਜ਼ਨ ਹੋ ਗਿਆ ਇਹ ਸਾਰੇ ਟੈਗ ਨੇ ਆ ਦੇਖੋ ਐਚਟੀਐਮਐਲ ਇੱਥੇ ਬੰਦ ਹੋ ਗਿਆ ਆਈ ਫਰੇਮ ਬੰਦ ਹੋ ਗਿਆ ਐਚਟੀਐਮਐਲ ਇੱਥੇ ਸ਼ੁਰੂ ਹੋਇਆ ਇੱਥੇ ਬੰਦ ਹੋਇਆ ਕਲੀਅਰ ਹੋਈ ਗੱਲ ਸੋ ਇਹ ਸਾਰੇ ਕੀ ਨੇ ਟੈਗ ਨੇ ਪ੍ਰੀ ਡਿਫਾਈਨਡ ਟੈਗ ਨੇ ਕਹਿੰਦਾ ਐਚਟੀਐਮਐਲ ਦੇ ਵਿੱਚ ਬਟ ਐਕਸਐਮਐਲ ਦੇ ਵਿੱਚ ਤੁਸੀਂ ਆਪਣੇ ਓਨ ਟੈਗ ਕ੍ਰੀਏਟ ਕਰ ਸਕਦੇ ਤੇ ਦੂਜੀ ਗੱਲ HTML ਕੇਸ ਇਨਸੈਂਸਿਟਿਵ ਹੈ ਇਨਸੈਂਸਿਟਿਵ ਮਤਲਬ ਉਹ ਸੈਂਸਿਟਿਵ ਹੈਗਾ ਨਹੀਂ ਚਾਹੇ ਵੱਡੇ ਅੱਖਰ ਲਿਖੋ ਚਾਹੇ ਛੋਟੇ ਇੱਕੋ ਹੀ ਗੱਲ ਆ ਬਟ XML ਕੀ ਹੈ ਕੇਸ ਸੈਂਸਿਟਿਵ ਆ ਠੀਕ ਹੈ ਬੈਨ HTML ਇਜ਼ ਯੂਜ਼ਡ ਟੂ ਡਿਸਪਲੇ ਡਾਟਾ ਦੀ ਡਾਟਾ ਇਜ਼ ਸਟੋਰਡ ਇਨਸਾਈਡ ਯੂਅਰ ਟੈਗ HTML ਦੇ ਵਿੱਚ ਡਾਟਾ ਟੈਗ ਦੇ ਵਿੱਚ ਸਟੋਰ ਹੁੰਦਾ ਬਟ XML ਦੇ ਵਿੱਚ ਇੱਕ ਸੈਪਰੇਟ ਡਾਟਾ ਫਾਈਲ ਬਣਦੀ ਹੈ ਸੈਪਰੇਟ ਫਾਈਲ ਬਣਦੀ ਜਿਹਦੇ ਸਟੋਰ ਹੁੰਦਾ ਇੱਕ ਕੰਟੈਂਟ ਦੇ ਬਾਰੇ ਅਣਵੇਅਰ ਹੁੰਦੀ ਕਿਉਂਕਿ ਇਹ ਕੰਟੈਂਟ ਤੱਕ ਲੈਣਾ ਦੇਣਾ ਨਹੀਂ ਤਾਂ ਡਿਸਪਲੇ ਕਰਾ ਦੂ ਐਕਸਐਮਐਲ ਨੂੰ ਕੰਟੈਂਟ ਬਾਰੇ ਪਤਾ ਹੁੰਦਾ ਵੀ ਕਿ ਕੀ ਆ ਕੰਟੈਂਟ ਦੇ ਵਿੱਚ ਠੀਕ ਹੈ ਇਹ ਸਿੰਟੈਕਸ ਚੈੱਕ ਨਹੀਂ ਕਰਦਾ ਤੇ ਇਹ ਵਾਲਾ ਸਿੰਟੈਕਸ ਚੈੱਕ ਕਰਦਾ ਹੈ ਡਿਫਰੈਂਸ ਹੋ ਗਿਆ ਤਾਂ ਫਿਰ ਹੁਣ ਜੇ ਆਪਾਂ ਪੜ ਗਏ ਇਹ ਰਿਪਲੇਸਮੈਂਟ ਤਾਂ ਹੈ ਹੀ ਨਹੀਂ ਇਹਦਾ ਆਪਣਾ ਕੰਮ ਹੈ ਇੱਕ ਐਚਟੀਐਮਐਲ ਦਾ ਆਪਣਾ ਐਚਟੀਐਮਐਲ ਨੇ ਡੇਟਾ ਨੂੰ ਦਿਖਾਉਣਾ ਹੈ ਤੇ ਐਕਸਐਮਐਲ ਨੇ ਦੱਸਣਾ ਵੀ ਹੈ ਕੀ ਹੈ ਠੀਕ ਹੈ ਜਿਵੇਂ ਹੁਣ ਸਕੂਲ ਦੇ ਵਿੱਚ ਜਿਹੜੇ ਉਹ ਨੇਗੇ ਬੈਨਾਂ ਤੇ ਲੈ ਕੇ ਜਾਂਦੇ ਨੇ ਬੰਦੇ ਡਰਾਈਵਰ ਤੇ ਕੰਡਕਟਰ ਉਹਨਾਂ ਨੇ ਬੱਚਿਆਂ ਨੂੰ ਲੈ ਕੇ ਜਾਣਾ ਉਹਨਾਂ ਦਾ ਕੰਮ ਥੋੜੀ ਐ ਪੜਾਉਣ ਵਾਲੇ ਬੰਦੇ ਅਟ ਨੇ ਤਾਂ ਉਮੀ ਕੰਮ ਐ ਫਿਰ ਆਪਾਂ ਕਹਿ ਸਕਦੇ ਆ ਵੀ ਜਿਹੜੇ ਜੀਪਾ ਜੀਪਾਂ ਗਈਆਂ ਬੈਨਾਂ ਲਈ ਫਿਰ ਦਾ ਪੀਲੇ ਰੰਗ ਦੇ ਖੱਟੇ ਰੰਗ ਦੀਆਂ ਵੀ ਉਹਨਾਂ ਦੀ ਰਿਪਲੇਸਮੈਂਟ ਅਟੀਚਰਾਂ ਦੀ ਨਹੀਂ ਦੋਜੇ ਦੋਨੇ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਠੀਕ ਐ ਤਾਂ ਪਹਿਲੀ ਗੱਲ ਬਿਲਕੁਲ ਠੀਕ ਹੋ ਗਈ ਕਿਉਂਕਿ ਕਰੈਕਟ ਹੀ ਪੁੱਛ ਰਿਹਾ ਵੀ ਨਾਟ ਅ ਰਿਪਲੇਸਮੈਂਟ ਹਨਾ ਅਗਲਾ XML ਕੈਨ ਮੇਕ ਡਾਟਾ ਮੋਰ ਯੂਸਫੁਲ ਇਹ ਵੀ ਗੱਲ ਠੀਕ ਹੈ ਡਾਟਾ ਦਾ ਯੂਸਫੁਲ ਤਾਂ ਬਣਦਾ ਹੀ ਜਿਹਨੂੰ मीनिंग ਡਾਟਾ ਦਾ ਹੋ ਗਿਆ ਤਾਂ ਫਿਰ ਦੋਨੇ ਕੀ ਹੋ ਗਏ ਠੀਕ ਹੋ ਗਏ ਅਗਲਾ what is the full form of ULSI ਇਹ ਹੁੰਦਾ ਬਹੁਤ ਵਾਰੀ ਦੱਸੀ ਹੈ ਮੈਂ ULSI ਵੈਸੇ ਮੈਂ ਹੁਣ ਭੁੱਲ ਗਿਆ ਕੀ ਹੁੰਦਾ আলਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਹਾਂ আলਟਰਾ ਲਾਰਜ ਲੌਂਗ ਨਹੀਂ ਹੁੰਦਾ আলਟਰਾ ਲਾਰਜ ਦੇਖੋ ਮੈਂ ਵੀ ਭੁੱਲ ਜਾਂਦਾ ਚੀਜ਼ਾਂ ਯਾਰ ਮੈਨੂੰ ਇੱਕਦਮ ਹੀ ਥੌਟ ਆਉਂਦਾ ਦਿਮਾਗ ਦੇ ਵਿੱਚ ਤਾਂ ਤੁਸੀਂ ਵੀ ਏ ਨਹੀਂ ਸੋਚਣਾ ਵੀ ਅਸੀਂ ਭੁੱਲ ਜਾਾਂਗੇ ਸਾਨੂੰ ਯਾਦ ਹੀ ਨਹੀਂ ਆਉਂਦਾ ਅਸੀਂ ਇਨਸਾਨ ਆ ਯਾਰ ਅਸੀਂ ਕੋਈ ਮਸ਼ੀਨਾਂ ਥੋੜੀ ਆ ਵੀ ਇੱਕ ਵਾਰੀ ਚੀਜ਼ਾਂ ਯਾਦ ਕਰ ਗਏ ਤੇ ਮੁੜ ਕੇ ਅਸੀਂ ਭੁੱਲਾਂਗੇ ਨਹੀਂ ਬਟ ਉਹਨੂੰ ਯਾਦ ਰੱਖਣ ਦਾ ਤਰੀਕਾ ਕੀ ਆ ਰਿਵੀਜ਼ਨ ਬਾਰੀ 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 ਜਿਹੜੀਆਂ ਚੀਜ਼ਾਂ ਤੁਹਾਨੂੰ ਭੁੱਲਉਂਦੀਆਂ ਤੜਕੇ ਸਵੇਰੇ ਉੱਠ ਕਿੱਦਾਂ ਘੰਟਾ ਕੱਢ ਲਓ ਕੋਹੀ ਰਿਵਾਈਜ਼ ਕਰਨੀਆਂ ਨੇ ਠੀਕ ਐ ਸੋ ਫਿਰ ਪਰ ਆਪਣਾ ਦਿਮਾਗ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਪਈ ਹੁੰਦੀ ਆ ਤਾਂ ਇੱਕਦਮ ਯਾਦ ਆ ਜਾਂਦਾ ਮੈਂ ਸੱਚੀ ਭੁੱਲ ਗਿਆ ਸੀ ਇਹਨੂੰ ਮੇਰੀ ਫਿਰ ਇੱਕਦਮ ਹੀ ਐ ਜਦੋਂ ਮੈਂ ਤੇ ਜ਼ੋਰ ਪਾਇਆ ਵੀ ਯੂਐਲਐਸਆਈ ਦਾ ਯ ਲਾਰਜ ਸਕਿਲ ਇੰਟੀਗ੍ਰੇਸ਼ਨ ਠੀਕ ਹੈ ਸੀ ਆਨਸਰ ਇਹਦੇ ਨਾਲ ਦੀਆਂ ਹੋਰ ਚੀਜ਼ਾਂ ਤੇ ਐਸਐਸ ਇੱਕ ਮੈਂ ਹੋਰ ਗੱਲ ਦੱਸਦਾ ਤੁਹਾਨੂੰ ਵੀ ਮੈਂ ਨਹੀਂ ਕਹਿ ਰਿਹਾ ਵੀ ਮੈਂ ਪਰਫੈਕਟ ਹਾਂ ਹਨਾ ਕਿ ਕਿਉਂਕਿ ਆਪਾਂ ਵੀ ਸਿੱਖ ਹੀ ਰਹੇ ਹਾਂ ਹਜੇ ਕੰਪਿਊਟਰ ਦੇ ਵਿੱਚ ਇਹਦਾ ਕੋਈ ਅੰਤ ਤਾਂ ਪਾਇਆ ਹੀ ਨਹੀਂ ਜਾ ਸਕਦਾ ਤੇ ਇਹ ਤਾਂ ਫੀਲਡ ਹੀ ਇੰਨਾ ਵੱਡਾ ਹੈ ਕਿ ਅਸੀਂ ਮਾਸਟਰ ਨਹੀਂ ਹੋ ਸਕਦੇ ਇਹਦੇ 'ਚ ਕਦੇ ਵੀ ਸੋ ਆਪਾਂ ਤਾਂ ਇੱਕ ਤਣਕੇ ਦੇ ਬਰਾਬਰ ਵੀ ਨਹੀਂ ਹਨਾ ਗਲਤੀਆਂ ਹੋਣੀਆਂ ਸੁਭਾਵਿਕ ਹੈ ਜਾਣ ਬੁੱਝ ਕੇ ਵੀ ਹੋ ਜਾਂਦੀਆਂ ਨੇ ਤੇ ਅਣਜਾਣੇ 'ਚ ਵੀ ਹੋ ਜਾਂਦੀਆਂ ਨੇ ਹਨਾ ਸੋ ਤੁਸੀਂ ਉਹ ਚੀਜ਼ਾਂ ਦੇ ਲਈ ਮੈਨੂੰ ਦੱਸ ਰਿਹਾ ਤੁਸੀਂ ਸਿਖਾਉਣਾ ਨਾ ਮੈਂ ਤੁਹਾਨੂੰ ਸਿਖਾ ਰਿਹਾ ਤੁਸੀਂ ਮੈਨੂੰ ਸਿਖਾਉਣਾ ਤਾਂ ਆਪਾਂ ਤਾਂ ਹੀ ਦੇਖੋ ਆਪਣਾ ਲੋਗੋ ਕੀ ਰਿਪਰੈਜ਼ੈਂਟ ਕਰਦਾ ਵੈਸੇ ਮੈਂ ਦੱਸਿਆ ਨਹੀਂ ਇਹਦਾ ਮੀਨਿੰਗ ਕਦੇ ਸੋ ਲੋਗੋ ਦਾ ਮੀਨਿੰਗ ਦੇਖੋ ਤੁਸੀਂ ਲੋਗੋ ਦੇ ਵਿੱਚ ਆਪਾਂ ਜਿਆਦਾ ਤੋਂ ਜਿਆਦਾ ਬੰਦਿਆਂ ਦੀ ਹੈਲਪ ਕਰਨੀ ਹੈ ਹਨਾ ਸੋ ਬੰਦਿਆਂ ਨੂੰ ਨਾਲ ਜੋੜਨਾ ਤਿੰਨ ਬੰਦੇ ਹੈਗੇ ਨੇ ਚੌਥੇ ਬੰਦੇ ਨੂੰ ਨਾਲ ਜੋੜਦੇ ਆ ਤਾਂ ਕਦੇ ਵੀ ਮਨ ਦੇ ਵਿੱਚ ਆਪਣੀ ਸੌੜੀ ਸੋਚ ਨਾ ਲੈ ਕੇ ਚੱਲਿਓ ਜੇ ਤੁਹਾਨੂੰ ਗਿਆਨ ਹੈਗਾ ਜਿੰਨਾ ਆਪਾਂ ਉਹਨੂੰ ਵੰਡਾਂਗੇ ਉਨਾ ਹੀ ਜ਼ਿਆਦਾ ਸਾਨੂੰ ਜ਼ਿੰਦਗੀ ਦੇ ਵਿੱਚ ਨਜ਼ਾਰਾ ਆਊਗਾ ਸੋ ਮੇਰਾ ਪਹਿਲਾ ਗੇਟ ਕਲੀਅਰ ਨਹੀਂ ਹੋਇਆ ਸੀ ਗੇਟ ਤੇ ਵੀ ਮੈਂ ਬਹੁਤ ਕਹਿੰਦਾ ਵੀ ਮੱਥਾ ਮਾਰਿਆ ਹਨ ਪਰ ਮੇਰਾ ਗੇਟ ਉਦੋਂ ਕਲੀਅਰ ਹੋਇਆ ਵੀ ਜਦੋਂ ਮੈਂ ਬੰਦਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਮੈਨੂੰ ਵਧੀਆ ਲੱਗਦਾ ਸੀ ਚਾਰ ਬੰਦੇ ਮੈਂ ਇਕੱਠੇ ਕਰਦਾ ਵੀ ਆ ਜਾ ਯਾਰ ਯੂਨੀਵਰਸਿਟੀ 'ਚ ਮੈਨੂੰ ਯਾਦ ਆ ਜੇ ਕੋਈ ਬੰਦੇ ਯੂਨੀਵਰਸਿਟੀ ਆਏ ਨੇ ਤਾਂ ਗੋਲ ਮਾਰਕੀਟ ਦੇ ਵਿੱਚ ਬਿਠਾ ਕੇ ਮੈਂ ਬੰਦਿਆਂ ਨੂੰ ਕਹਿੰਦਾ ਆ ਜਾ ਤੈਨੂੰ ਤਿਆਰੀ ਕਰਾਵਾਂ ਯਾਰ ਥੋੜਾ ਜਿਹਾ ਆ ਜਾ 15 ਮਿੰਟ ਤਾਂ ਆ ਜਾ ਠੱਕਾ ਮਾਰ ਠੱਕਾ ਟੁੱਕਾ ਲਾ ਕੇ ਪੜਾਉਂਦਾ ਸੀ ਮੈਂ ਹਨ ਸੋ ਤੁਸੀਂ ਵੀ ਟਾਈਮ ਕੱਢ ਕੇ ਜੇ ਤੁਸੀਂ ਦੂਜੇ ਬੰਦੇ ਨੂੰ ਸਮ ਤੇ ਤੁਸੀਂ ਤਾਂ ਪਹਿਲਾਂ ਤੁਸੀਂ ਹੋਰ ਨੂੰ ਸਮਝਾ ਕੇ ਤੁਹਾਡੀ ਟੀਮ ਬਣ ਗਈ ਇਹ ਤੁਹਾਨੂੰ ਹੋਰ ਸਬਜੈਕਟ ਸਮਝਾਉਣਗੇ ਸਮਝਾਉਣ ਦੇ ਨਾਲ ਤੁਹਾਡੀ ਕਲੈਰਿਟੀ ਵਧੂਗੀ ਤੁਹਾਨੂੰ ਅੰਦਰੋਂ ਤਸੱਲੀ ਹੋਊਗੀ ਸੈਟੀਸਫੈਕਸ਼ਨ ਹੋਊਗੀ ਚੀਜ਼ਾਂ ਯਾਦ ਰਹਿਣਗੀਆਂ ਸੋ ਇਹ ਹਮੇਸ਼ਾ ਯਾਦ ਰੱਖਿਓ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਇਕੱਠੇ ਹੋ ਕੇ ਨਾਲ ਲੈ ਕੇ ਆਪਾਂ ਦੂਜਿਆਂ ਨੂੰ ਚੱਲਾਂਗੇ ਤਾਂ ਤੁਹਾਡੀ ਵੀ ਤਰੱਕੀ ਹੈ ਅਗਲੇ ਦੀ ਤਾਂ ਹੋਣੀ ਹੀ ਹੋਣੀ ਠੀਕ ਹੈ ਸੋ ਇਹ ਖਾਸ ਖਿਆਲ ਰੱਖਣਾ ਆਪਣਾ ਸੰਦੇਸ਼ ਹੈ ਚੈਨਲ ਦਾ ਮੇਨ ਕਿ ਸਾਰੇ ਬੰਦੇ ਨੂੰ ਆਪਾਂ ਨਾਲ ਲੈ ਕੇ ਚੱਲਣਾ ਆਪਣੇ ਭਰਾ ਨੇ ਭੈਣ ਭਰਾ ਰਹੇ ਹੋ ਹਨ ਸੋ ਐਸਐਸਆਈ ਸਮਾਲ 스케일 ਇੰਟੀਗ੍ਰੇਸ਼ਨ ਐਮਐਸਆਈ ਮੀਡੀਅਮ 스케일 ਇੰਟੀਗ੍ਰੇਸ਼ਨ ਇਹਦੀ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਕੋਈ ਯੂਐਲਐਸਆਈ ਦੀ ਪੁੱਛ ਲਈ ਹੈ ਨਾ ਐਲਐਸਆਈ ਹੁੰਦਾ ਲਾਰਜ 스케일 ਇੰਟੀਗ੍ਰੇਸ਼ਨ ਵੀਐਲਐਸਆਈ ਹੁੰਦਾ ਹੈ ਵੈਰੀ ਲਾਰਜ 스케일 ਇੰਟੀਗ੍ਰੇਸ਼ਨ ਪੁੱਛ ਸਕਦੇ ਹਾਂ ਵਿੱਚੋਂ ਥਿਉਰੀ ਥਿਉਰੀ ਪੜ੍ਹਨ ਦੀ ਲੋੜ ਨਹੀਂ ਲੋੜ ਦੀ ਮੈਂ ਦਿੱਤੀ ہوئی ਹੈ ਕਈ ਵਾਰੀ ਕਿਸੇ ਬੰਦੇ ਨੂੰ ਮੇਰੇ ਵਰਗਾ ਹੁੰਦਾ ਕੋਈ ਬੰਦਾ ਮੈਥੋਂ ਨਹੀਂ ਜਾਇਆ ਜਾਂਦਾ ਐਂਗਾ ਹਾ ਮੈਨੂੰ ਹੁੰਦਾ ਵੀ ਇਹਦਾ ਮਤਲਬ ਕੀ ਹੈ ਵਿੱਚੋਂ ਤਾਂ ਮੈਂ ਤਾਂ ਥੋੜੇ ਜਿਹਾ ਹਿੰਟ ਦਿੱਤੇ ਹੋਏ ਹੈ ਨਾ ਅਗਲਾ ਐਮਐਸ ਦੋਸਟ ਸਟੈਂਡਸ ਫੋਰ ਇਹ ਹੁੰਦਾ ਮਾਈਕਰ ਅਗਲਾ ਵਿੱਚੋਂ ਫੋਲੋਇੰਗ ਇਜ਼ ਨੋਟ ਅ 3D ਪ੍ਰਿੰਟਿੰਗ ਟੈਕਨੋਲੋਜੀ ਇਹ ਮੈਂ ਆਲਰੇਡੀ ਪਹਿਲੀਆਂ ਦੋ ਵੀਡੀਓ ਦੇ ਵਿੱਚ ਦੋਨਾਂ 'ਚ ਦੱਸ ਚੁੱਕਿਆ ਕਿ 3D ਪ੍ਰਿੰਟਿੰਗ ਟੈਕਨੋਲੋਜੀ ਦੇ ਵਿੱਚ ਉਹਦੀਆਂ ਆਹੀ ਪੁੱਛੀਆਂ ਜਾਂਦੀਆਂ ਨੇ ਟੈਕਨੋਲੋਜੀ ਕਿਸੇ ਦੀ ਐਬ੍ਰੀਵੀਏਸ਼ਨ ਪੁੱਛ ਲੈਂਦਾ ਕੋਈ ਨਹੀਂ ਹੈ ਸਾਰੀਆਂ ਯਾਦ ਕਰਨੀਆਂ ਪੈਣਗੀਆਂ ਤਾਂ ਫਿਰ ਇਹਦੇ ਵਿੱਚੋਂ ਸੋਲਿਡ ਲੇਜ਼ਰ ਸੈਂਟਰਿੰਗ ਨਹੀਂ ਹੈ ਠੀਕ ਹੈ ਸੋਲਿਡ ਲੇਜ਼ਰ ਸੈਂਟਰਿੰਗ ਸਿਲੈਕਟਿਵ ਲੇਜ਼ਰ ਸੈਂਟਰਿੰਗ ਹੈ ਨਾ ਕਿ ਸੋਲਿਡ ਸੋਲਿਡ ਲੇਜ਼ਰ ਸੈਂਟਰਿੰਗ ਹੈ ਕਲੀਅਰ ਹੈ ਤੋ ਇਥੇ ਐਵੇਂ ਵੀ ਪਾ ਸਕਦਾ ਸੀ ਵਿੱਚ ਐਸ ਐਲ ਐਸ ਲਿਖਣ ਨੂੰ ਤਾਂ ਹੀ ਲੱਗਦਾ ਵੀ ਐਸ ਐਲ ਐਸ ਤਾਂ ਹੈਗਾ ਯਾਰ ਵਿੱਚ ਆਪਾਂ ਨੂੰ ਇਹ ਲੱਗੂਗਾ ਪਰ ਉਹ ਸੀਗਾ ਸਿਲੈਕਟਿਵ ਇਹ ਹੈਗਾ ਸੋਲਿਡ ਕਲੀਅਰ ਹੋਈ ਗੱਲ ਅਗਲਾ ਕਹਿੰਦਾ ਵਿੱਚ ਉਹਦੀ ਫੋਲੋਇੰਗ ਪੇਅਰ ਇਜ਼ ਕਰੈਕਟ ਰਿਗਾਰਡਿੰਗ ਪ੍ਰਿੰਟਰ ਇਜ਼ ਕਰੈਕਟ ਆ ਗਿਆ ਤੇ ਗਲਤ ਹੋਣ ਦੇ ਚਾਂਸ ਬੜੇ ਤੇ ਅਸੀਂ ਚਾਂਸ ਨਾਲ ਦੀ ਨਾਲ ਖਤਮ ਕੀਤੇ ਠੀਕ ਹੈ ਕਹਿੰਦਾ ਡਾਟ ਮੈਟ੍ਰਿਕਸ ਹੈ ਇਹ ਇੰਪੈਕਟ ਪ੍ਰਿੰਟਰ ਹੈ ਤੇ ਜਿਹੜਾ ਇਨਕ ਜੈਟ ਹੈ ਉਹ ਨੋਨ ਇੰਪੈਕਟ ਹੈ ਪਹਿਲਾਂ ਤਾਂ ਆਪਾਂ ਇਹ ਸਮਝਦੇ ਆ ਯਾਰ ਇੰਪੈਕਟ ਹਾਂ ਇੰਪੈਕਟ ਪ੍ਰਿੰਟਰ ਕੀ ਹੁੰਦਾ ਨੋਨ ਇੰਪੈਕਟ ਪ੍ਰਿੰਟਰ ਕੀ ਹੁੰਦਾ ਇਹਦੇ ਤੋਂ ਬਿਨਾ ਪ੍ਰਿੰਟਰ ਦੀਆਂ ਹੋਰ ਵੀ ਤਿੰਨ ਕਲਾਸੀਫਿਕੇਸ਼ਨਾਂ ਨੇ ਕਿਹੜੀਆਂ-ਕਿਹੜੀਆਂ ਪ੍ਰਿੰਟਰ ਕਹਿੰਦਾ ਕੈਰੈਕਟਰ ਪ੍ਰਿੰਟਰ ਹੋ ਸਕਦਾ ਲਾਈਨ ਪ੍ਰਿੰਟਰ ਹੋ ਸਕਦਾ ਤੇ ਪੇਜ ਪ੍ਰਿੰਟਰ ਹੋ ਸਕਦਾ ਪਹਿਲਾ ਕੈਰੈਕਟਰ ਪ੍ਰਿੰਟਰ ਦੂਜਾ ਲਾਈਨ ਪ੍ਰਿੰਟਰ ਤੀਜਾ ਪੇਜ ਪ੍ਰਿੰਟਰ ਠੀਕ ਹੈ ਜਿਹੜੇ ਕੈਰੈਕਟਰ ਪ੍ਰਿੰਟਰ ਨੇ ਇਹ ਕੈਰੈਕਟਰ ਵਨ ਕੈਰੈਕਟਰ ਪ੍ਰਿੰਟ ਕਰ ਦਿੰਦੇ ਨੇ ਐਟ a ਟਾਈਮ ਤੇ ਤੇ ਕਿਹੜੇ ਕਿਹੜੇ ਪ੍ਰਿੰਟਰ ਕੈਰੈਕਟਰ ਪ੍ਰਿੰਟਰ ਨੇ ਡਾਟ ਮੈਟ੍ਰਿਕਸ ਪ੍ਰਿੰਟਰ ਡੇਜੀ 휠 ਪ੍ਰਿੰਟਰ ਥਰਮਲ ਪ੍ਰਿੰਟਰ ਇਨਕਜਟ ਪ੍ਰਿੰਟਰ ਠੀਕ ਹੈ ਸੋ ਲਾਈਨ ਪ੍ਰਿੰਟਰ ਕਿਹੜੇ ਕਿਹੜੇ ਨੇ ਜਿਹੜੇ ਲਾਈਨ ਬਾਈ ਲਾਈਨ ਪ੍ਰਿੰਟ ਕਰ ਦਿੰਦੇ ਨੇ ਡਰਮ ਤੇ ਚੇਨ ਦੇ ਉਹ ਲਾਈਨ ਪ੍ਰਿੰਟਰ ਨੇ ਪੇਜ ਪ੍ਰਿੰਟਰ ਨੇ ਜਿਹੜੇ ਪੇਜ ਬਾਈ ਪੇਜ ਪ੍ਰਿੰਟ ਕਰ ਦਿੰਦੇ ਨੇ ਲੇਜ਼ਰ ਪ੍ਰਿੰਟਰ ਤੇ ਮੈਗਨੇਟਿਕ ਪ੍ਰਿੰਟਰ ਕਲੀਅਰ ਹੁਣ ਆਪਾਂ ਦੇਖਦੇ ਆਂ ਵੀ ਇੰਪੈਕਟ ਤੇ ਨਾਨ ਇੰਪੈਕਟ ਇੰਪੈਕਟ ਪ੍ਰਿੰਟਰ ਕਿਹੜਾ ਹੁੰਦਾ ਜਿਹਦਾ ਡਾਇਰੈਕਟ ਕੰਟੈਕਟ ਹੁੰਦਾ ਰਿਬਨ ਜਾਂ ਰਿਬਨ ਦਾ ਵਿਦ ਪੇਪਰ ਦੇ ਨਾਲ ਇਟ ਇਜ਼ ਅ ਟਾਈਪ ਆਫ ਪ੍ਰਿੰਟਰ ਦੈਟ ਵਰਕਸ ਬਾਈ ਡਾਇਰੈਕਟ ਕੰਟੈਕਟ ਆਫ ਇੰਕ ਰਿਬਨ ਵਿਦ ਪੇਪਰ ਉਹਨੇ ਦੇਖਿਆ ਆਪਾਂ ਡਰਮ ਜਾਂ ਘੁੰਮਦਾ ਹੁੰਦਾ ਇੱਕ ਤੁਸੀਂ ਜਿਹੜਾ ਆਪਣੇ ਕੋਲੇ ਪ੍ਰਿੰਟਰ ਵਰਤਦੇ ਆਂ ਆਪਾਂ ਉਹ ਡਰਮ ਜਾਂ ਕੱਢ ਕੇ ਵਿੱਚ ਪੇਜ ਫਸ ਜਾਂਦਾ ਹੁੰਦਾ ਪੇਜ ਦਾ ਡਾਇਰੈਕਟ ਕਨੈਕਸ਼ਨ ਹੁੰਦਾ ਇੰਕ ਰਿਬਨ ਦੇ ਨਾਲ ਉਹਨੂੰ ਆਪਾਂ ਇੰਪੈਕਟ ਪ੍ਰਿੰਟਰ ਬੋਲ ਦਿੰਦੇ ਆਂ ਠੀਕ ਹੈ ਇਟ ਇਜ਼ ਅ ਟਾਈਪ ਆਫ ਪ੍ਰਿੰਟਰ ਵਿਚ ਪ੍ਰਿੰਟ ਮਲਟੀਪਲ ਕਾਰਬਨ ਕਾਪੀਜ਼ ਐਟ ਅ ਟਾਈਮ ਇਹ ਐਟ ਅ ਟਾਈਮ ਇੱਕ ਤੋਂ ਜ਼ਿਆਦਾ ਕਾਰਬਨ ਕਾਪੀ ਪ੍ਰਿੰਟ ਕਰ ਸਕਦਾ ਹੈ ਕਲੀਅਰ ਹੋਈ ਗੱਲ ਯਾਦ ਰੱਖਣੀ ਬਹੁਤ ਇੰਪੋਰਟੈਂਟ ਗੱਲ ਹੈ ਟੈਗਜ਼ੈਂਪਲ ਆ ਇੰਦੀਆਂ ਕਿਹੜੀਆਂ ਨੇ ਡਾਟ ਮੈਟ੍ਰਿਕਸ ਪ੍ਰਿੰਟਰ ਡੇਜੀ 휠 ਪ੍ਰਿੰਟਰ ਤੇ ਲਾਈਨ ਲਾਈਨ ਦੇ ਵਿੱਚ ਦੋ ਆ ਜਾਂਦੇ ਨੇ ਆਪਾਂ ਨੂੰ ਪਤਾ ਹੈ ਡਰਮ ਤੇ ਚੇਨ ਚਾਹੇ ਇੱਥੇ ਡਰਮ ਦੇ ਚੇਨ ਲਿਖਣਾ ਡਰਮ ਦੇ ਚੇਨ ਲਿਖ ਲਓ ਨੋਨ ਇੰਪੈਕਟ ਦੇ ਵਿੱਚ ਕੀ ਹੁੰਦਾ ਡਸ ਨੋਟ ਹਿਟ ਦੀ ਇੰਪੈਕਟ অর ਰਿਬਨ ਟੂ ਪ੍ਰਿੰਟ ਕਹਿੰਦਾ ਰਿਬਨ ਦੇ ਨਾਲ ਪੇਜ ਨਹੀਂ ਜੁੜਿਆ ਹੁੰਦਾ ਕਲੀਅਰ ਤਾਂ ਇਹਦੇ ਵਿੱਚ ਕਿਹੜੇ ਨੇ ਇਨਕ ਜੈਟ ਥਰਮਲ ਤੇ ਲੇਜ਼ਰ ਸਕਰੀਨਸ਼ਾਟ ਲੈ ਸਕਦੇ ਹੋ ਇੰਪੋਰਟੈਂਟ ਹੈ ਕਿਉਂਕਿ ਕੁਸ਼ਣ ਨਹੀਂ ਪੁੱਛ ਲਿਆ ਯਾਰ ਹੁਣ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਨਹੀਂ ਪੁੱਛੂਗਾ ਤਾਂ ਇਹ ਇੰਪੈਕਟ ਦੇ ਐਗਜ਼ਾਮਪਲਾਂ ਨੇ ਨੋਨ ਇੰਪੈਕਟ ਦੇ ਨੇ ਯਾਦ ਕਰ ਲਿਓ ਤਾਂ ਡਾਟ ਮੈਟ੍ਰਿਕਸ ਹੈ ਜਿਹੜਾ ਇੰਪੈਕਟ ਹੈਗਾ ਡਾਟ ਮੈਟ੍ਰਿਕਸ ਇੰਪੈਕਟ ਹੈਗਾ ਆ ਦੇਖੋ ਤੇ ਜਿਹੜਾ ਇਨਕ ਜੈਟ ਹੈ ਨੋਨ ਇੰਪੈਕਟ ਹੈ ਇਨਕ ਜੈਟ ਨੋ ਦੋਨੋਂ ਹੀ ਗੱਲਾਂ ਠੀਕ ਨੇ ਠੀਕ ਹੈ ਅੱਗੇ ਵਿਚੋਂ ਦੀ ਫੋਲੋਇੰਗ ਇਜ਼ ਸਕਰੀਨ ਲੋਕ ਅਵੇਲੇਬਲ ਇਨ ਮੋਬਾਈਲ ਫੋਨ ਇਹ ਤਾਂ ਨਹੀਂ ਅੜੂਗਾ ਤੁਹਾਡਾ ਹਨਾ ਕੁਐਸਚਨ ਜੇ ਕੋਈ ਤੁਹਾਡੇ ਜਿਹੇ ਪੇਪਰ ਦੇ ਕੇ ਆਇਆ ਹੋਏ ਤਾਂ ਤੁਸੀਂ ਕੱਢ ਪੱਟ ਕੇ ਮਰਿਆ ਹੋਣਾ ਪੈਟਰਨ ਲੋਕ ਹੁੰਦਾ ਫੇਸ ਅਨਲੌਕ ਹੁੰਦਾ ਦੋਨੇ ਚੀਜ਼ਾਂ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਤਾਂ ਬੋਥ 1 ਐਂਡ 2 ਕਲੀਅਰ ਫੇਸ ਦੇ ਨਾਲ ਅਨਲੌਕ ਹੁੰਦਾ ਅੱਜਕੱਲ ਫੋਨਾਂ ਜਾ ਰਹੇ ਤੁਸੀਂ ਵੀ ਯੂਜ਼ ਕਰਦੇ ਹੋਵੋਗੇ ਪਤਾ ਹੋ ਤੁਹਾਨੂੰ ਅਗਲਾ ਵਿਚੋਂ ਦੀ ਫੋਲੋਇੰਗ ਇਜ਼ ਆ ਟਾਈਪ ਟਾਈਪਸ ਆਫ ਮੋਬਾਈਲ ਫੋਨ ਚਾਰਜ ਕੇਬਲ ਚਾਰਜਰ ਨਹੀਂ ਹੁਣ ਅਸੀਂ ਮੋਬਾਈਲ ਫੋਨ ਚਾਰਜਰ ਚਾਰਜ ਕੇਬਲ ਚਲੋ ਥੋੜੀ ਬਹੁਤ ਗਲਤੀ ਤਾਂ ਮੈਂ ਕਰ ਹੀ ਦੇ ਰਿਹਾ ਟੈਕ ਇਥੇ ਐਸ ਐਸ ਹੀ ਪਾਈ ਹੋਈ ਹੈ ਟਾਈਪਸ ਇਜ਼ਰ ਉਹਦਾ ਚਾਰਜ ਦੇ ਵਿੱਚ ਕਹਿੰਦਾ ਕਿਹੜੀਆਂ ਫੋਨ ਚਾਰਜ ਕਰਨੀਆਂ ਤਾਰਾਂ ਨੇ ਕੇਬਲ ਨੇ ਯੂ ਐਸ ਬੀ ਟਾਈਪ ਸੀ ਅੱਜ ਕੱਲ ਚੱਲ ਰਹੀ ਹੈ ਜਿਹੜੀ ਸਾਰਿਆਂ ਦੇ ਗੋਲ ਜੀ ਉਹ ਯੂ ਐਸ ਬੀ ਸੀ ਹੈ ਯੂ ਐਸ ਬੀ ਮਿਨੀ ਬੀ ਵੀ ਹੈ ਯੂ ਐਸ ਬੀ ਮਾਈਕਰੋ ਵੀ ਹੈ ਦੇਖ ਲੈਣੇ ਆਪਾਂ ਯੂ ਐਸ ਬੀ ਏ ਤੇ ਯੂ ਐਸ ਬੀ 3 ਇੱਕੋ ਹੀ ਗੱਲ ਹੈ ਯੂ ਐਸ ਬੀ ਏ ਇਜ਼ ਕਾਮਨਲੀ ਯੂਜ਼ਡ ਵਿਦ ਕੰਪਿਊਟਰ ਔਰ ਪਾਵਰ ਆਊਟਲੈਟ ਇਹ ਯੂਐਸਬੀ ਏ ਹੁੰਦੀ ਹੈ ਠੀਕ ਹੈ ਤੇ ਇਹ ਯੂਐਸਬੀ ਸੀ ਹੈ ਆ ਦੇਖੋ ਯੂਐਸਬੀ ਬੀ ਐਕਸੀ ਹੈ ਬੀ ਕੀ ਹੁੰਦਾ ਗਲਤ ਦੱਸਦਾ ਯਾਰ ਮੈਂ ਤੁਹਾਨੂੰ ਰੁਕ ਜਿਓ ਇੱਕ ਮਿੰਟ ਧਿਆਨ ਹੋਰ ਪਾਸੇ ਹੋ ਗਿਆ ਸੀ ਯੂਐਸਬੀ ਏ ਤੇ 3 ਆ ਦੇਖੋ ਯੂਐਸਬੀ ਏ ਹੈ ਜਿਹੜੀ ਉਹਦੇ ਚ ਲੱਗਦੀ ਹੈ ਆਪਾਂ ਯੂਐਸਬੀ ਕੇਬਲ ਨਹੀਂ ਲਾਉਂਦੇ ਆਪਾਂ ਲੈਪਟਾਪ ਦੇ ਵਿੱਚ ਲਾਉਣੇ ਆ ਜਾਂ ਅਡਾਪਟਰ ਦੇ ਦੂਜੀ ਸਾਈਡ ਇੱਕ ਪਾਸੇ ਤਾਂ ਸੀ ਕੇਬਲ ਹੁੰਦੀ ਹੈ ਇੱਕ ਪਾਸੇ ਯੂਐਸਬੀ ਜਿਹੜੀ ਅਡਾਪਟਰ ਚ ਲੱਗਦੀ ਹੈ ਹਨਾ ਸੋ ਇਹ ਯੂਐਸਬੀ ਇਹ ਹੈ USB B ਕਿਹੜੀ ਆ ਆਹ ਵਾਲੀ ਇਹ ਥੋੜੀ ਜੀ ਚੌੜੀ ਜੀ ਹੁੰਦੀ ਹੈ ਕਿਸੇ ਹੋਰ ਡਿਵਾਈਸਸ ਚ ਲੱਗੀ ਹੁੰਦੀ ਹੈ ਜ਼ਿਆਦਾਤਰ ਹਨਾ ਸੋ USB C ਹੈ ਜਿਹੜੀ ਮੋਸਟ ਰੀਸੈਂਟ USB ਹੈ ਅੱਜ ਕੱਲ ਇਹ ਹੀ ਯੂਜ਼ ਹੁੰਦੀ ਹੈ ਆ ਦੇਖੋ ਇਹਨੂੰ ਆਪਾਂ ਮੇਲ ਬੋਲ ਦਿੰਨੇ ਆ ਤੇ ਇਹ ਫੀਮੇਲ ਹੈ ਠੀਕ ਹੈ ਦੋ ਤਰ੍ਹਾਂ ਦੇ ਇੱਕ ਕਨੈਕਟਰ ਵੀ ਹੁੰਦੇ ਨੇ ਨਾ ਜੋੜਨ ਵਾਲੇ ਮੇਲ ਤੇ ਫੀਮੇਲ ਯਾਦ ਰੱਖਣੀ ਹੈ ਗੱਲ ਠੀਕ ਹੈ ਤੇ ਯੂ ਐਸ ਬੀ ਮਿਨੀ ਇਹ ਹੁੰਦਾ ਕਿ ਚਿਬਾ ਜਾ ਇਹ ਪੁਰਾਣੇ ਫੋਨਾਂ ਚ ਆਉਂਦਾ ਸੀ ਕਈ ਵਾਰੀ ਹੋਰ ਡਿਵਾਈਸ ਨੇ ਉਹਨਾਂ ਚ ਵੀ ਹੁੰਦੀ ਹੈ ਇੱਕ ਯੂ ਐਸ ਬੀ 3 ਵਰਗੀ ਹੁੰਦੀ ਹੈ ਮਾਈਕਰੋ ਯੂ ਐਸ ਬੀ ਠੀਕ ਹੈ ਇਹ ਵੀ ਦੋਨੋਂ ਥੋੜਾ ਬਹੁਤ ਪੜਨਾ ਪੜ ਲਿਓ ਸੋ ਇਹ ਪੁੱਛਿਆ ਵੀ ਕਿਹੜੀਆਂ ਮੋਬਾਈਲ ਫੋਨ ਚਾਰਜਿੰਗ ਦੀਆਂ ਨੇ ਤਿੰਨੋਂ ਹੀ ਹੈਗੀਆਂ ਨੇ ਕਲੀਅਰ ਹੈ ਅੱਗੇ ਮੈਚ ਦੀ ਫਾਲੋਇੰਗ ਮੋਬਾਈਲ ਫੋਨ ਬ੍ਰਾਂਡਸ ਵਿਦ देयर ओरिजिनल ਕੰਟਰੀ ਕਹਿੰਦਾ ਕਿਹੜੇ ਮੋਬਾਈਲ ਫੋਨ ਦੇ ਬ੍ਰਾਂਡ ਨੇ ਕੰਟਰੀ ਬਾਰੇ ਦੱਸਣਾ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਕੱਲ ਵੀ ਵੀਡੀਓ ਚ ਵੀ ਇਹ ਪੁੱਛੀਆਂ ਜਾਂਦੀਆਂ ਨੇ ਚੀਜ਼ਾਂ ਵੀ ਨ ਪਹਿਲੇ ਦਾ 2 ਇੱਕ ਤੋਂ ਹੀ ਆਨਸਰ ਤਾਂ ਆ ਗਿਆ ਡੀ ਆ ਹਨਾ ਪਰ ਫਿਰ ਵੀ ਪੜ ਲੈਨੇ ਆ ਯਾਰ ਆਪਾਂ ਨੋਕੀਆ ਫਿਨਲੈਂਡ ਦੀ ਹੈ 1918 1965 ਚ ਹੈ ਤੇ ਹੋਰ ਕਿਹੜੀ ਪੁੱਛਿਆ ਹੈ Samsung Samsung ਹੈ ਸਾਊਥ ਕੋਰੀਆ Samsung ਸਾਊਥ ਕੋਰੀਆ ਨੋਕੀਆ ਫਿਨਲੈਂਡ ਤੇ ਐਪਲ ਬਚ ਗਿਆ ਐਪਲ ਵੀ ਆਪਾਂ ਨੂੰ ਪਤਾ ਹੀ ਸੀ ਯੂਐਸਟੀ ਜੌਬਸ ਯੂਐਸਏ ਦਾ ਸੀ ਕਲੀਅਰ ਹੈ ਸੋ ਫਿਰ ਇਹਦਾ ਡੀ ਆਨਸਰ ਹੈ ਠੀਕ ਹੈ ਜੀ ਇਹ ਵੀ ਮੈਂ ਤੁਹਾਨੂੰ ਬਹੁਤ ਵਧੀਆ ਕਰਾਇਆ ਹੋਇਆ ਪਿਛਲੀਆਂ ਵੀਡੀਓ ਦੇ ਵਿੱਚ ਡਾਇਰੈਕਟਰੀ ਸਟਰਕਚਰ ਕੀ ਹੁੰਦਾ ਹੈ ਇਹਦੇ ਵਿੱਚ ਵੀ ਕੁਐਸਚਨ ਪੁੱਛੇ ਗਏ ਨੇ ਪਿਛਲੀ ਵਾਰੀ ਡਾਇਰੈਕਟਰੀ ਸਟਰਕਚਰ ਵਿੱਚ ਉਹਦਾ ਸਟੇਟਮੈਂਟ ਇਜ਼ ਟਰੂ ਟਰੂ ਪੁੱਛਦਾ ਹੈ ਨਾ ਇੱਥੇ ਮਾਰਕ ਲਾ ਲਾਂਗੇ ਅਬਾਊਟ ਦੀ ਓਪਨ ਕਾਊਂਟ ਓਪਨ ਕਾਊਂਟ ਦੇ ਬਾਰੇ ਕਿਹੜੀ ਸਟੇਟਮੈਂਟ ਠੀਕ ਆ ਇਟ ਇ ਆ ਸੀਗਾ ਓਪਨ ਕਾਊਂਟ ਓਪਨ ਕਾਊਂਟ ਇਹ ਦੱਸਦਾ ਹੁੰਦਾ ਹੈ ਨੰਬਰ ਇਧਰੋਂ ਪਹਿਲਾਂ ਥਿਊਰੀ ਪੜ ਲੈਨੇ ਆ ਅ ਡਾਇਰੈਕਟਰੀ ਪੜ ਲਿਓ ਕੀ ਕੰਮ ਕਰਦੀ ਆ ਓਪਨ ਕਾਊਂਟ ਓਪਨ ਕਾਊਂਟ ਕਰਦਾ ਇਟ ਇੰਡੀਕੇਟਸ ਦੀ ਨੰਬਰ ਆਫ ਪ੍ਰੋਸੈਸਸਿਸ ਵਿੱਚ ਓਪਨ ਫਾਈਲ ਕਨਕਰੈਂਟਲੀ ਇਹ ਫਾਈਲ ਕਿਉਂਕਿ ਫਾਈਲ ਦਾ ਸਟਰਕਚਰ ਹੈ ਇਹ ਡਾਇਰੈਕਟਰੀ ਸਟਰਕਚਰ ਆ ਫਾਈਲ ਦਾ ਨੇਮ ਆ ਲੋ ਫਾਈਲ ਦਾ ਨਾਮ F1 ਹੈ F1 ਫਾਈਲ ਇੱਥੇ ਦੱਸ ਦੂਗਾ ਵੀ ਪ੍ਰੋਸੈਸ P1 ਨੇ ਵੀ ਇਹਨੂੰ ਖੋਲਿਆ ਹੋਇਆ ਹੈ ਪ੍ਰੋਸੈਸ P2 ਨੇ ਵੀ ਖੋਲਿਆ ਹੋਇਆ ਹੈ ਪ੍ਰੋਸੈਸ P3 ਨੇ ਵੀ ਖੋਲਿਆ ਹੋਇਆ ਹੈ ਤੇ ਪ੍ਰੋਸੈਸ P4 ਨੇ ਵੀ ਚਾਰ ਫਾਈਲਾਂ ਨੇ ਇਸੇ ਫਾਈਲ ਨੂੰ ਸੌਰੀ ਚਾਰ ਪ੍ਰੋਸੈਸਸਿਸ ਨੇ ਇੱਕੋ ਹੀ ਫਾਈਲ ਨੂੰ ਖੋਲਿਆ ਹੋਇਆ ਤਾਂ ਇਹਦਾ ਓਪਨ ਕਾਊਂਟ 4 ਹੋ ਜਾਊਗਾ ਜਾ ਓਪਨ ਕਾਊਂਟ ਕੀ ਦੱਸਦਾ ਹੈ ਕਿ ਹਾਊ ਮੈਨੀ ਨੰਬਰ ਆਫ ਅ ਪ੍ਰੋਸੈਸਸ ਥੈਟ ਹੈਜ਼ ਓਪਨ ਥਿਸ ਫਾਈਲ ਜਾਂ ਥਿਸ ਫਾਈਲ ਇਜ਼ ਓਪਨਡ ਬਾਈ ਹਾਊ ਮੈਨੀ ਪ੍ਰੋਸੈਸਸਸ ਇਟ ਇੰਡੀਕੇਟ ਦੀ ਨੰਬਰ ਆਫ ਪ੍ਰੋਸੈਸਸ ਵਿਚ ਆਰ ਓਪਨ ਫਾਈਲ ਕਨਕਰੈਂਟਲੀ ਦੇਖੋ ਇੱਥੇ ਉਹ ਲਝਾਊਗਾ ਆਹ ਕੁਐਸਚਨ ਦੇ ਵਿੱਚ ਹੀ ਲਝਾਊਗਾ ਆਪਾਂ ਨੂੰ ਕਹਿੰਦਾ ਇਟ ਇੰਡੀਕੇਟ ਦੀ ਨੰਬਰ ਆਫ ਪ੍ਰੋਸੈਸਸ ਵਿਚ ਓਪਨ ਫਾਈਲ ਕਨਕਰੈਂਟਲੀ ਪਹਿਲੀ ਤਾਂ ਗੱਲ ਠੀਕ ਲੱਗ ਰਹੀ ਹੈ ਇਟ ਇੰਡੀਕੇਟਸ ਦੀ ਨੰਬਰ ਆਫ ਫਾਈਲਸ ਓਪਨਡ ਬਾਈ ਪ੍ਰੋਸੈਸ ਇਹ ਨਹੀਂ ਹੈਗਾ ਕਹਿੰਦਾ ਇੱਕ ਪ੍ਰੋਸੈਸ ਦੁਆਰਾ ਕਿੰਨੀਆਂ ਫਾਈਲਾਂ ਖੋਲ ਲੀਆਂ F1 F2 F3 F4 ਇਹਦਾ ਮਤਲਬ ਇਹ ਹੈ ਦੂਜੀ ਲਾਈਨ 'ਤੇ ਧਿਆਨ ਨਾ ਪੜੋ ਦੇਖੋ ਇਹ ਗੱਲਾਂ ਤਾਂ ਆਪਾਂ ਨੂੰ ਇੱਕੋ ਜਿਹੀਆਂ ਲੱਗਣਗੀਆਂ ਉੱਥੇ ਪਤਾ ਕਨਸਨਟ੍ਰੇਸ਼ਨ ਕਿੰਨੀ ਜ਼ਿਆਦਾ ਜ਼ਰੂਰੀ ਹੈ ਜਿੰਨਾ ਅਸੀਂ ਧਿਆਨ ਲਾਵਾਂਗੇ ਥੋੜਾ ਬਹੁਤ ਮੈਡੀਟੇਸ਼ਨ ਵੀ ਕਰੋ ਯਾਰ 10 15 ਮਿੰਟ ਮੈਡੀਟੇਸ਼ਨ ਕਰਿਆ ਕਰੋ ਮੈਡੀਟੇਸ਼ਨ ਦੇ ਨਾਲ ਧਿਆਨ ਲੱਗਦਾ ਵਿੱਚ ਤਾਂ ਉਹੀ ਲੱਗਦਾ ਹੈ ਪਰ ਤੁਹਾਡਾ ਤਕੇਮਾ ਲੈ ਜਾ ਕਰੂਗਾ ਤੁਸੀਂ ਇੰਨੀ ਤਿਆਰੀ ਕਰਦੇ ਹੋ ਮਿਹਨਤ ਕਰ ਰਹੇ ਹੋ 10 ਕਿ ਮਿੰਟ ਉਹੀ ਅੱਖਾਂ ਬੰਦ ਕਰਕੇ ਪਹਿ ਹੀ ਜ਼ੋਰ ਰਿਲੈਕਸ ਸ਼ਵਾਸ ਜਿਵੇਂ ਮਰੀਆ ਬੰਦਾ ਪੈਂਦਾ ਹੁੰਦਾ ਐਂ ਪੈ ਜਾਓ ਦੇਖੋ ਫਿਰ ਜ਼ਿੰਦਗੀ ਦੇ ਨਜ਼ਾਰੇ ਵੰਦੇ ਉਸ ਤੋਂ ਪਹਿਲਾਂ ਉਹ ਗੂੰਗੂਂ ਜਿਹਾ ਵਾਲਾ ਕਰ ਲਓ ਜਿਹਦੇ ਵਿੱਚ ਵਾਈਬ੍ਰੇਸ਼ਨ ਜੀ ਹੁੰਦੀ ਆ ਤਿੰਨ ਚਾਰ ਵਾਰੀ ਉਹ ਕਰੋ ਡੇਢ ਦੋ ਮਿੰਟ ਦਾ ਤੇ ਉਸ ਤੋਂ ਬਾਅਦ ਪੈ ਜਾਓ 15 ਮਿੰਟ ਫਿਰ ਦੇਖੋ ਤੁਸੀਂ ਵੀ ਕਿੰਨਾ ਵਧੀਆ ਲੱਗਦਾ ਓਵੇਂ ਤਾਂ ਨਹੀਂ ਹੁਣ ਲਾਈਟ ਲੂਟ ਜਗਨ ਵਾਲਾ ਤਾਂ ਮੈਨੂੰ ਤਜਰਬਾ ਹੈ ਨਹੀਂ ਜਿਹੜੀ ਕਹਿੰਦੇ ਹੁੰਦੇ ਵੀ ਇੱਥੇ ਲਾਲ ਲਾਈਟ ਦੇਖੀ ਹਰੀ ਲਾਈਟ ਇਹੋ ਜਿਹਾ ਕੁਝ ਨਹੀਂ ਪਰ ਰਿਲੈਕਸ ਹੋ ਜਾਂਦਾ ਕੰਮ ਠੀਕ ਹੈ ਇਹ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਵੀ ਕਹਿ ਕੀ ਰਿਹਾ ਹੈ ਗੱਲ ਕਈ ਵਾਰੀ ਸਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਤਾਂ ਇਹ ਕਹਿ ਰਿਹਾ ਇਟ ਇੰਡੀਕੇਟਸ ਦੀ ਨੰਬਰ ਆਫ ਫਾਈਲਸ ਓਪਨ ਬਾਈ ਪ੍ਰੋਸੈਸ ਕਹਿੰਦਾ ਪ੍ਰੋਸੈਸ ਪੀ1 ਦੁਆਰਾ ਕਿੰਨੀਆਂ ਫਾਈਲਾਂ ਖੋਲੀਆਂ ਗਈਆਂ ਇਹ ਦੱਸਦਾ ਨਹੀਂ ਦੱਸਦਾ ਇਟ ਇੰਡੀਕੇਟ ਦੀ ਨੰਬਰ ਆਫ ਪ੍ਰੋਸੈਸਸਿਸ ਵਿੱਚ ਓਪਨ ਫਾਈਲ ਕਨਕਰੈਂਟਲੀ ਤਾਂ ਇਹ ਇਹੀ ਦੱਸਦਾ ਵੀ ਕਿੰਨੀਆਂ ਫਾਈਲਾਂ ਨੇ ਕਨਕਰੈਂਟਲੀ ਨੰਬਰ ਆਫ ਪ੍ਰੋਸੈਸਸਿਸ ਨੇ ਇਸ ਫਾਈਲ ਨੂੰ ਖੋਲ੍ਹਿਆ ਹੋਇਆ ਤਾਂ ਫਿਰ ਕੱਲਾ ਪਹਿਲਾ ਠੀਕ ਹੈ ਤਾਂ ਆਨਸਰ ਮਿੱਤਰੋ ਸੀ ਹੋ ਜਾਊਗਾ ਠੀਕ ਹੈ ਅਗਲਾ ਕਨਸਿਡਰ ਦੀ ਫਾਲੋਇੰਗ ਡਾਇਰੈਕਟਰੀ ਐਂਟਰੀ ਐ ਸ਼ੋ ਇਹ ਮੈਨ ਦਿਖਾਈ ਨਹੀਂ ਐ ਇਸੇ ੱਚ ਹੀ ਐ ਮੈਂ ਭੁੱਲ ਗਿਆ ਉੱਧਰ ਲੈ ਜਾਣੀ ਆਹੀ ਐ ਆਹੀ ਐ ਡਾਇਰੈਕਟਰੀ ਐਂਟਰੀ ਐ ਕਹਿੰਦਾ ਵਿੱਚ ਸ਼ੋ ਬਿਲੋ ਚਲ ਆਨਸਰ ਪਹਿਲਾਂ ਦਿਸ ਗਿਆ ਐਂਟਰੀ ਐ ਸ਼ੋ ਇਨ ਫਿਗਰ ਵਾਟ ਇਜ਼ ਇੰਡੀਕੇਟਿਡ ਬਾਈ ਐਮ ਇਨ ਦਾ ਫਲੈਗ ਫੀਲਡ ਫਲੈਗ ਫੀਲਡ ਦੇ ਵਿੱਚ ਐਮ ਕੀ ਦੱਸਦਾ ਇਹ ਆਪਾਂ ਪਿੱਛੇ ਥਿਊਰੀ ਪੜ ਚੁੱਕੇ ਆ ਨਾ ਦੇਖੋ ਮੈਂ ਕੱਲ ਵਾਲੀ ਵੀਡੀਓ ਚ ਦੱਸਿਆ ਸੀ M ਕੀ ਇੰਡੀਕੇਟ ਕਰਦਾ ਹੈ ਮਾਉਂਟਡ ਫਾਈਲ ਸਿਸਟਮ ਮਾਉਂਟਡ ਹੁੰਦਾ ਨਾਲ ਜੋੜਨਾ ਕਈ ਵਾਰ ਆਪਾਂ ਕੋਈ ਚੀਜ਼ ਲਗਾ ਦਈਏ ਜੇ ਉਹਦਾ ਉਹਨੂੰ ਇਨੇਬਲ ਨਹੀਂ ਕਰਾਂਗੇ ਉਹ ਨਾਲ ਨਹੀਂ ਜੁੜਦੀ ਇਹਦਾ ਮਤਲਬ ਉਹ ਮਾਉਂਟ ਹੋਈ ਨਹੀਂ ਹਜੇ ਹਨਾ ਤਾਂ ਫਿਰ M ਕੀ ਦੱਸਦਾ ਆਪਾਂ ਨੂੰ ਮਾਉਂਟਡ ਮੈਮਰੀ ਰਿਕੁਆਇਰਡ ਵੀ ਨਹੀਂ ਦੱਸਦਾ ਸਟਾਰਟਿੰਗ ਵਿਦ M ਓਪਨ ਨਹੀਂ ਵਿਦਾ ਤਾਂ ਮਾਉਂਟਡ ਫਾਈਲ ਸਿਸਟਮ ਦੇਖੋ ਬੜਾ ਕਹਿੰਡ ਕੁਐਸਚਨ ਹੈ ਇਹ ਉਹਦੀ ਸੋਲਵ ਹੋ ਗਿਆ ਨਾਲ ਦੀ ਨਾਲ ਥਿਊਰੀ ਪੜ੍ਹੇ ਤੋ ਹਨਾ ਫਿਰ ਅਗਲਾ ਕੁਐਸਚਨ ਲਾਸਟ ਕੁਐਸਚਨ ਹੈ ਕਨਸੀਡਰ ਦੀ ਫਾਲੋਇੰਗ ਡਾਇਰੈਕਟਰੀ ਐਂਟਰੀ ਆ ਸ਼ੋਨ ਫਿਗਰ ਵਿਚ ਫਲੈਗ ਫੀਲਡ ਇੰਡੀਕੇਟ ਥੈਟ ਏ ਫਾਈਲ ਇਜ਼ ਅ ਡਾਇਰੈਕਟਰੀ ਕਿਹੜਾ ਫਲੈਗ ਫੀਲਡ ਦੱਸਦਾ ਹੈ ਕਿ ਫਾਈਲ ਡਾਇਰੈਕਟਰੀ ਹੈ ਤਿੰਨ ਤਰ੍ਹਾਂ ਦੇ ਫੀਲਡ ਹੁੰਦੇ ਨੇ ਇੱਕ ਹੁੰਦਾ ਪਿੱਛੇ ਦੇਖ ਲੈਣਾ ਮੈਂ ਵੀ ਭੁੱਲ ਗਿਆ ਹੁਣ ਆ ਦੇਖੋ ਇੱਕ ਹੁੰਦਾ ਡੀ ਐਲ ਤੇ ਐਮ ਕਿਧਰ ਗਿਆ ਲਾਸਟ ਹੀ ਸੀ ਨਾ ਤਿੰਨ ਹੁੰਦੇ ਨੇ ਇੱਕ ਹੁਣ ਥੱਲੇ ਜਿਹਾ ਲਿਆਉਣਾ ਥੋੜਾ ਡੀ ਇੱਕ ਹੁੰਦਾ ਐਲ ਤੇ ਇੱਕ ਹੁੰਦਾ ਐਮ एमप एमत ਆਪਾਂ ਨੂੰ ਦੱਸਦਾ ਵੀ ਕੀ ਇਹ ਫਾਈਲ ਸਿਸਟਮ ਦੇ ਨਾਲ ਮਾਉਂਟਡ ਹੈਗੀ ਆ ਫਾਈਲ ਤੇ ਐਲ ਆਪਾਂ ਨੂੰ ਦੱਸੂ ਕੀ ਇਹ ਫਾਈਲ ਸਿਸਟਮ ਲਿੰਕਡ ਹੈ ਕਿ ਨਹੀਂ ਲਿੰਕ ਲੱਗਿਆ ਹੋਇਆ ਹੈ ਕਿ ਨਹੀਂ ਜਿਵੇਂ ਮੰਨ ਲਓ ਇਹ ਕਹਿ ਲਓ ਵੀ ਡੀ1 ਡਾਇਰੈਕਟਰੀ ਚ ਪਈ ਹੈ ਤੇ ਫਾਈਲ ਐਫ1 ਹੈ ਤਾਂ ਇਹ ਕਿਸੇ ਇਹਦਾ ਪੇਰੈਂਟ ਕੋਈ ਹੋਰ ਵੀ ਹੋ ਸਕਦਾ ਹੈ ਡੀ2 ਡਾਇਰੈਕਟਰੀ ਹੈ ਤਾਂ ਇਹਦੇ ਨਾਲ ਲਿੰਕ ਹੈ ਅਸਲ ਦੇ ਵਿੱਚ ਇਹਦੇ ਚ ਪਈ ਹੈ ਇਹਦੇ ਨਾਲ ਇਹ ਲਿੰਕਡ ਹੈ ਕਲੀਅਰ ਹੈ ਗੱਲ ਸਮਝ ਗਏ ਜਿਵੇਂ ਆਪਾਂ ਐਂ ਕਹਿ ਲੋ ਲੇਮਨ ਜੇ ਸਮਝਣਾ ਹੈ ਵੀ ਜਿਵੇਂ ਆਪਣੇ ਘਰੇ ਕਿਸੇ ਨਾਲ ਆਪਣਾ ਬਿਜ਼ਨਸ ਸਾਂਝਾ ਹੈ ਤੇ ਆਪਾਂ ਗੱਡੀ ਲਿਆਂਦੀ ਗੱਡੀ ਆਪਣੇ ਘਰੇ ਖੜੀ ਹੈ ਬਟ ਕਿਸੇ ਹੋਰ ਦੀ ਵੀ ਤਾਂ ਹੈਗੀ ਹੈ ਸਾਂਝੀ ਉਹਦਾ ਵੀ ਲਿੰਕ ਹੈ ਇੱਥੇ ਹੈ ਨਾ ਤਾਂ ਉਹ ਲਿੰਕ ਬਾਰੇ ਦੱਸਦਾ ਵੀ ਇੱਕ ਫਾਈਲ ਕਿੰਨੀਆਂ ਹੋਰ ਡਾਇਰੈਕਟਰੀ ਦੇ ਨਾਲ ਉਹਦਾ ਲਿੰਕਡ ਹੈ ਤੇ ਡੀ ਆਪਾਂ ਨੂੰ ਦੱਸਦਾ ਵੀ ਕੀ ਉਹ ਫੀਲਡ ਡਾਇਰੈਕਟਰੀ ਹੈ ਕਿ ਫਾਈਲ ਹੈ ਠੀਕ ਹੈ ਤਾਂ ਡੀ ਫਿਰ ਪੁੱਛ ਕੀ ਰਿਹਾ ਹੈ ਕਹਿੰਦਾ ਵਿਚ ਟੈਗ ਫੀਲਡ ਇੰਡੀਕੇਟ ਦਾ ਫਾਈਲ ਇਜ਼ ਦੇ ਡਾਇਰੈਕਟਰੀ ਵੀ ਹੈ ਫਾਈਲ ਕਹਿੰਦਾ ਡਾਇਰੈਕਟਰੀ ਹੈ ਫਾਈਲ ਹੈ ਨਹੀਂ ਇਹਦਾ ਮਤਲਬ ਹੈ ਡੀ ਦੇਖੋ ਬੜਾ ਸੌਖਾ ਇਹੀ ਨਿਕਲਿਆ ਹੋਵੇ ਬਸ ਹਾਂ ਇਹੀ ਹੈ ਠੀਕ ਆ ਤਾਂ ਇਹ ਸੀਗੇ ਇੰਟੈਲੀਜੈਂਟ ਇੰਟੈਲੀਜੈਂਸ ਅਸਿਸਟੈਂਟ ਕੌਨਸਟੇਬਲ ਦੇ ਪਿਛਲੇ ਸਾਲ 2021 ਦੇ ਆਏ ਹੋਏ ਕੁਸ਼ਚਨ ਸਾਰੇ ਕੁਸ਼ਚਨ ਮੈਂ ਤੁਹਾਨੂੰ ਕਵਰ ਕਰਾਤੇ ਜਿੰਨੇ ਸੀਗੇ ਕੰਪਿਊਟਰ ਦੇ ਸਾਰੇ ਕਰ ਲਏ ਆਪਾਂ ਜਿੰਨੀਆਂ ਵੀ ਸ਼ਿਫਟਾਂ ਦੇ ਵਿੱਚ ਆਏ ਹੋਏ ਸੀ ਪੇਪਰ ਤੁਸੀਂ ਦਿੱਤਾ ਹੋਣਾ ਤੁਹਾਨੂੰ ਪਤਾ ਹੋਣਾ ਤੇ ਮੈਂ ਫਿਰ ਦੱਸ ਦਿੰਦਾ ਵੀ ਪਹਿਲਾ ਦੂਜਾ ਤੀਜਾ ਤੇ ਅੱਠਵਾਂ ਚੈਪਟਰ ਜਿਹੜੇ ਰਹਿ ਗਏ ਹੁਣ ਨਾ ਚ ਨੇ ਉਹ ਛੱਡ ਕੇ ਨਾ ਜਾਓ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਆਈ ਹੋਪ ਕਿ ਤੁਹਾਡੀ ਵਧੀਆ ਤਿਆਰੀ ਹੋ ਗਈ ਹੋ ਹਨਾ ਉਮੀਦ ਕਰਦਾ ਮੈਂ ਕਿ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਆਪਦੇ ਵੱਲੋਂ ਵੀ ਤੁਹਾਡੇ ਸਾਰੇ ਟਾਪਿਕ ਕਰਵਾ ਚੁੱਕਾ ਤੁਹਾਡਾ ਕੋਈ ਵੀ ਟਾਪਿਕ ਨਹੀਂ ਰਹਿੰਦਾ ਇਸ ਤੋਂ ਬਿਨਾ ਐਕਸਪੈਕਟਿਡ ਕੁਐਸਚਨ ਹੁੰਦੀਆਂ ਦੋ ਵੀਡੀਓ ਪਾਈਆਂ ਹੋਈਆਂ ਨੇ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਅੱਧੀ ਵੀਡੀਓ ਹੋਰ ਬਣਾ ਕੇ ਪਾਵਾਂ ਜੇ ਸਾਰਾ ਕੁਝ ਠੀਕ ਲਿਹਾ ਠੀਕ ਹੈ ਤੇ ਹੁਣ ਬਸ ਤੁਹਾਡੇ ਅੱਗੇ ਇੱਕੋ ਹੀ ਰਿਕੁਐਸਟ ਹੈ ਵੀ ਹੁਣ ਆਪਦਾ ਜਿਵੇਂ ਕਹਿ ਲਓ ਵੀ ਆਪਦਾ ਸਟੇਬਿਲਿਟੀ ਬਣਾ ਕੇ ਰੱਖਣੀ ਹੈ ਮਾਈਂਡ ਸਟੇਬਲ ਰੱਖਣਾ ਹੈ ਤੇ ਉੱਥੇ ਜਾ ਕੇ ਫੇਰ ਹੀ ਕੁੱਤੀਆਂ ਆਪਾਂ ਕੰਨਾਂ ਤੇ ਚੜਨਗੀਆਂ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਆ ਕੇ ਵੀ ਤੁਹਾਨੂੰ ਕਿਵੇਂ ਦਾ ਐਕਸਪੀਰੀਅੰਸ ਰਿਹਾ ਵੀ ਤੁਹਾਨੂੰ ਆਪਣੇ ਕਿਰਾਏ ਚ ਮਾੜੀ-ਮੁੱਟੀ ਹੈਲਪ ਹੋਈ ਕਿ ਨਹੀਂ ਹੋਈ ਠੀਕ ਹੈ ਇਹ ਚੀਜ਼ਾਂ ਖੁਸ਼ੀ ਦਿੰਦੀਆਂ ਨੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਸਾਰੀਆਂ ਉਹੀ ਗੱਲਾਂ ਨੇ ਤੁਹਾਨੂੰ ਪਤਾ ਹੀ ਐ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਥੈਂਕ ਯੂ